खबर की नजर। हाँ हाँ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਵਿੱਚ ਤੁਹਾਡਾ ਸਵਾਗਤ। ਪਹਿਲੇ ਦਰਸ਼ਕੋ, ਅੱਜ ਪਹਿਲੀ ਖਬਰ ਤੇ ਵੱਡੀ ਖਬਰ ਬਣਾਵਾਂਗੇ ਆਪਾਂ ਸਵਾਤੀ ਬਾਲੀਵਾਲ। ਬੜੀ ਅਜੀਬ ਜੀ ਸਿਚੁਏਸ਼ਨ ਇੱਥੇ ਲੱਗਦੀ ਹੈ। ਕੇਜਰੀਵਾਲ ਸਾਹਿਬ ਜਿਵੇਂ ਦੇਖਿਆ ਪਜ਼ਲ ਹੋਏ ਪਏ, ਉਹਨਾਂ ਦੀ ਬੋਡੀ ਲੈਂਗੁਏਜ ਆਪਾਂ ਦੇਖੀ, ਬਿਲਕੁਲ ਕੁਛ ਨੀ ਬੋਲ ਰਹੇ ਜਦੋਂ ਲਖਨਊ ਬੈਠੇ ਸੀ, ਤੇ ਅਦਰਵਾਈਜ਼ ਵੀ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਕਾਫੀ ਚੜ੍ਹਾਈ ਹੋ ਗਈ ਸੀ, ਤੇ ਹੁਣ ਇੱਕ ਵੱਡਾ ਸੈਟਬੈਕ ਜਿਹਨੂੰ ਕਹਿੰਦੇ ਨੇ ਡਿਫੈਂਸਿਵ ਹੋਇਆ ਪਿਆ ਆਮ ਆਦਮੀ ਦਾ ਸਾਰਾ ਲਾਣਾ। ਇਹ ਸਾਰੀ ਗੱਲਬਾਤ ਆਪਾਂ ਕਰਾਂਗੇ ਕਿ ਸੱਚ ਕੀ ਹੈ, ਇਹ ਕਦੋਂ ਪਤਾ ਲੱਗੂਗਾ, ਕੀ ਇਹ ਭਾਰਤੀ ਜਨਤਾ ਪਾਰਟੀ ਦੀ ਸਾਜਿਸ਼ ਹੈ ਜਾਂ ਸੱਚਮੁੱਚ ਹੀ ਸਵਾਤੀ ਮਾਲੀਵਾਲ ਨੂੰ ਕੁੱਟਿਆ ਗਿਆ ਹੈ ਉਹਦੇ ਵਿੱਚ, ਕਿਉਂਕਿ ਕੇਜਰੀਵਾਲ ਸਾਹਿਬ ਤੇ ਪਹਿਲਾਂ ਵੀ ਜਿਹਨੂੰ ਉਹਨੇ ਕਹਿ ਰਹੇ ਸਿਆਸੀ ਹਿੱਟਮੈਨ, ਉਹ ਪ੍ਰਸ਼ਾਂਤ ਭੂਸ਼ਣ ਨੂੰ ਲੋਕ ਯਾਦ ਕਰਦੇ ਨੇ, ਪਹਿਲੇ ਕੁੱਟਮਾਰ ਜਿਹੜੀ ਬੰਦਿਆਂ ਦੀ ਹੋਈ ਹੈ ਉਹਨੂੰ ਵੀ ਯਾਦ ਕਰਨ ਲੱਗ ਗਏ। ਇੱਕ ਤਾਂ ਇਹ ਗੱਲ ਆਪਾਂ ਕਰਾਂਗੇ, ਵੱਡੀ ਖਬਰ ਲਵਾਂਗੇ। ਦੂਜੀ ਖਬਰ ਆਪਾਂ ਪੰਜਾਬ ਦੇ ਵਿੱਚ ਕੁੱਲ 328 ਉਮੀਦਵਾਰ ਰਹਿ ਗਏ, ਕੱਲ 25 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ। ਵਾਪਸੀ ਦਾ ਦਿਨ ਸੀ, ਹੁਣ ਮੈਦਾਨ ਬਿਲਕੁਲ ਕਲੀਅਰ ਹੈ, ਕਿਹਨੇ ਕਿਹਨੂੰ ਵੋਟ ਪਾਉਣੀ ਹੈ ਹੁਣ ਲੋਕ ਦੇਖ ਸਕਦੇ ਨੇ। ਇੱਕ ਜਿਹੜਾ ਹੰਸਰਾਜ ਹੰਸ ਜਿਸ ਤਰੀਕੇ ਨਾਲ ਪਤਾ ਨੀ ਕੀ ਹੋ ਗਿਆ, ਵੀ ਗਰਮੀ ਦਾ ਮੌਸਮ ਹੈ, ਪਤਾ ਨੀ ਬੰਦਾ ਘਬਰਾ ਜਾਂਦਾ ਹੈ ਕਿਵੇਂ ਹੈ। ਇੰਨਾ ਤਾਂ ਕਦੇ ਵੀ ਨੀ ਸੁਣਿਆ ਸੀ, ਜਿਹੜਾ ਬੰਦਾ ਇੰਨਾ ਸੂਫੀਆਨਾ ਕਹਾਉਂਦਾ ਸੀ, ਇੰਨਾ ਨਿਮਰ ਆਪਣੇ ਆਪ ਨੂੰ ਸ਼ੋਅ ਕਰਦਾ ਸੀ, ਜਿਵੇਂ ਉਹ ਬੋਲਿਆ ਹੈ ਤੇ ਜਿਵੇਂ ਉਸਨੇ ਕਿਹਾ ਕਿ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਨੂੰ ਮੈਂ ਹੀ ਰੋਕਿਆ, ਇਹ ਕਿਤੇ ਕੋਈ ਵੱਡੀ ਸਾਜਿਸ਼ ਦਾ ਨਤੀਜਾ ਤਾਂ ਨਹੀਂ ਕਿ ਇੱਕ ਵਾਰ ਫਿਰ ਇੱਕ ਵੰਡੀ ਹੋਰ ਪਾ ਦਿਓ ਸਾਡੇ ਸਮਾਜ ਦੇ ਵਿੱਚ, ਦਲਿਤਾਂ ਤੇ ਜਿਹੜੇ ਜੱਟਾਂ ਦੇ ਵਿੱਚ, ਕਿਸਾਨਾਂ ਦੇ ਵਿੱਚ? ਇਹ ਸਮਝਣ ਵਾਲੀ ਗੱਲ ਹੈ। ਵੈਸੇ ਸ਼ਿਕਾਇਤ ਹੋ ਗਈ ਹੈ ਉਹਦੀ ਵੀ ਗੱਲ ਕਰਾਂਗੇ। ਗੱਲ ਹੁਣ ਆਪਾਂ ਇਹ ਵੀ ਕਰਨੀ ਹੈ ਕਿ ਕਿਸਾਨ ਕਹਿੰਦੇ ਕਿ ਹੁਣ 11 ਸਵਾਲ ਇਕੱਲੇ ਭਾਰਤੀ ਜਨਤਾ ਪਾਰਟੀ ਤੋਂ ਨਹੀਂ, 11 ਸਵਾਲ ਹੁਣ ਪੁੱਛਣੇ ਨੇ ਆਮ ਆਦਮੀ ਪਾਰਟੀ ਤੋਂ ਵੀ। ਇਹ ਕਿਹਾ ਸੁਨੀਲ ਜਾਖੜ ਦੀ ਜਿਹੜੀ ਕਾਨਫਰੰਸ ਸੀ ਉਹਦਾ ਵੀ ਜਵਾਬ ਦਿੱਤਾ ਹੈ। ਇਹ ਵੀ ਹੈ ਸੁਖਬੀਰ ਸਿੰਘ ਬਾਦਲ ਦੀ ਵੀ ਗੱਲ ਕਰਨੀ ਬਣਦੀ ਹੈ, ਮਿਹਨਤ ਕਰ ਰਿਹਾ ਹੈ, ਇਹ ਵੱਖਰੀ ਗੱਲ ਹੈ ਕਿ ਬੰਦੇ ਛੱਡ ਛੱਡ ਚਲੇ ਜਾਂਦੇ ਨੇ, ਤੇ ਅੱਜ ਥਾਪਰ ਗੁਰਮੀਤ ਸਿੰਘ ਥਾਪਰ ਵੀ ਚਲੇ ਗਿਆ ਅਕਾਲੀ ਦਲ ਨੂੰ ਛੱਡ ਕੇ, ਪਰ ਲਾਲੀ ਮਜੀਠੀਆ ਆ ਵੀ ਗਿਆ। ਲੇਕਿਨ ਜਿਹੜੀ ਗੱਲ ਕਹੀ ਹੈ ਕਿ ਪੰਜਾਬ ਦਾ ਸ਼ਰਾਬ ਘਟਾਲਾ ਕਿੱਡੀ ਦਾ ਵੱਡਾ, ਇਹ ਵੀ ਗੱਲ ਕਰਾਂਗੇ। ਗੱਲ ਹੋਰ ਬਹੁਤ ਸਾਰੀਆਂ ਖਬਰਾਂ ਨੇ, ਲੇਕਿਨ ਪਹਿਲਾਂ ਆਪਾਂ ਵੱਡੀ ਖਬਰ ਲੈ ਲਈਏ ਜਿਹੜੀ ਜਿਹਦਾ ਮੈਂ ਜ਼ਿਕਰ ਕੀਤਾ ਸੀ ਸਵਾਤੀ ਮਾਲੀਵਾਲ। ਇਹਦੇ ਦੋ ਤਿੰਨ ਹਿੱਸੇ ਬਣਾ ਲਈਏ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਲਈ, ਕਿਉਂਕਿ ਵਕਤ ਘੱਟ ਹੁੰਦਾ, ਖਬਰਾਂ ਜ਼ਿਆਦਾ ਹੁੰਦੀਆਂ ਨੇ। ਮੇਰੀ ਇੱਛਾ ਹੁੰਦੀ ਹੈ ਕਿ ਤੁਹਾਨੂੰ ਅਖਬਾਰ ਨਾ ਪੜ੍ਹਨਾ ਪਵੇ, ਪਰ ਕਈ ਵਾਰੀ ਖਬਰ ਇੰਨੀ ਕੁ ਵੱਡੀ ਤੇ ਇੰਨਾ ਵੱਡਾ ਅਸਰ ਪਾਉਂਦੀ ਹੈ ਕਿ ਉਹਤੇ ਟਾਈਮ ਜ਼ਿਆਦਾ ਲੱਗ ਜਾਂਦਾ। ਇਸ ਕਰਕੇ ਮੈਂ ਥੋੜਾ ਬਰੀਫ ਰੱਖੂੰਗਾ। ਪਹਿਲੀ ਖਬਰ ਜਿਹੜੀ ਬਣਦੀ ਹੈ ਨਾ, ਜਿਹੜਾ ਉਹਦਾ ਪਹਿਲਾ ਹਿੱਸਾ ਤਾਂ ਇਹ ਬਣਦਾ ਕਿ ਸਵਾਤੀ ਮਾਲੀਵਾਲ ਜਿਹੜੀ ਕਿ ਕਿਸੇ ਟਾਈਮ ਸੀ ਦਿੱਲੀ ਦੀ ਵੁਮੈਨ ਕਮਿਸ਼ਨ ਦੀ ਚੇਅਰਪਰਸਨ, ਤੇ ਹੁਣ ਉਹ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀ ਰਾਜ ਸਭਾ ਮੈਂਬਰ ਹੈ ਦਿੱਲੀ ਵੱਲੋਂ, ਤੇ ਉਹ ਗਈ ਸੀ ਮਿਲਣ 13 ਮਈ ਨੂੰ ਕੇਜਰੀਵਾਲ ਸਾਹਿਬ ਦੇ ਘਰ,
ਜਿਹੜਾ ਸੀਐਮ ਰੈਜ਼ੀਡੈਂਸ। ਕਿਹਾ ਗਿਆ ਕਿ ਬਿਨਾਂ ਅਪਾਇੰਟਮੈਂਟ ਤੋਂ ਗਈ, ਰਾਜ ਸਭਾ ਦੀ ਮੈਂਬਰ ਸੀ, ਪੁਰਾਣੀ ਸਾਥਣ ਹੈ ਔਰ ਜਾ ਕੇ ਡਰਾਇੰਗ ਰੂਮ ਚ ਬੈਠ ਗਈ। ਇਹ ਗੱਲ ਜਿਹੜੀ ਆਉਂਦੀ ਹੈ ਕਿ ਉਹਨਾਂ ਨੂੰ ਸਿਕਿਉਰਿਟੀ ਨੂੰ ਕਿਹਾ ਹੋਊਗਾ, ਇਹ ਵੀ ਗੱਲ ਹੁਣ ਆਈ ਹੈ ਕਿ ਉਹ ਬਿਨਾਂ ਅਪਾਇੰਟਮੈਂਟ ਤੋਂ ਗਈ, ਚਲੋ ਉੱਥੇ ਜਾ ਕੇ ਬੈਠ ਗਈ। ਤੇ ਉਦੋਂ ਬਾਅਦ ਉਹਨੇ ਕਿਹਾ ਕਿ ਮੈਂ ਮਿਲਣਾ ਚਾਹੁੰਦੀ ਹਾਂ ਸੀਐਮ, ਤੇ ਸੀਐਮ ਤੇ ਸਿਕਿਉਰਿਟੀ ਉਹਨੇ ਕਹਿੰਦੇ ਜੀ ਆ ਰਹੇ ਨੇ, ਲੇਕਿਨ ਸੀਐਮ ਨਹੀਂ ਆਇਆ, ਲੇਕਿਨ ਉਹਦਾ ਜਿਹੜਾ ਪ੍ਰੈਸ ਜਿਹੜਾ ਪੀਏ ਹੈ, ਪਰਸਨਲ ਅਸਿਸਟੈਂਟ ਹੈ, ਪਰਸਨਲ ਸੈਕਟਰੀ ਹੈ, ਪੀਐਸ ਆ ਗਿਆ ਵਿਵਕ ਕੁਮਾਰ, ਜਿਹਦਾ ਨਾਮ ਆਪਾਂ ਪਹਿਲਾਂ ਵੀ ਸੁਣਿਆ ਜਿਹੜਾ ਈਡੀ ਦੇ ਮਾਮਲੇ ਦੇ ਵਿੱਚ, ਕਾਫੀ ਕੰਫੀਡੈਂਟ ਬੰਦਾ, ਬਹੁਤ ਨੇੜਲਾ ਬੰਦਾ ਜਿਹੜਾ ਕੇਜਰੀਵਾਲ ਦਾ। ਉਹ ਇਹ ਕਹਿੰਦੀ ਹੈ ਆਪਣੀ ਐਫ ਆਈ ਆਰ ਦੇ ਵਿੱਚ ਜਦੋਂ ਉਹਨੇ ਲਿਖਾਈ, ਕਹਿੰਦੀ ਕਿ ਉਹਨੇ ਆਉਣ ਸਾਰ ਬਿਨਾਂ ਮਤਲਬ ਮੇਰੇ ਤੇ ਗਰਮ ਹੋਇਆ ਤੇ ਮੈਨੂੰ ਕਹਿੰਦਾ ਤੂੰ ਸਾਡੀ ਗੱਲ ਕਿਵੇਂ ਨਹੀਂ ਮੰਨੇਗੀ, ਤੇਰੀ ਔਕਾਤ ਕੀ ਹੈ, ਤੂੰ ਕਰ ਕੀ ਸਕਦੀ ਹੈ, ਤੇਰੀ ਤੂੰ ਤੂੰ ਚੀਜ਼ ਕੀ ਹੈ, ਇਸ ਤਰ੍ਹਾਂ ਕਹਿੰਦਾ ਕਹਿੰਦਾ ਮੈਂ ਉਹਨੂੰ ਕਿਹਾ ਵੀ ਇਹ ਨਾ ਬੋਲ, ਤੇ ਉਹਨੇ ਮੇਰੇ ਤੇ ਥੱਪੜ ਮਾਰਨੇ ਸ਼ੁਰੂ ਕਰਤੇ, ਸੱਤ ਅੱਠ ਥੱਪੜ ਮਾਰੇ ਮੇਰੇ, ਮੈਂ ਡਿੱਗ ਪਈ, ਮੇਰੇ ਲੱਤਾਂ ਮਾਰੀਆਂ। ਫਿਰ ਇਹਨੇ ਇਹ ਵੀ ਕਿਹਾ ਕਿ ਮੈਂ ਮਾਸਕ ਧਰਮ ਆਇਆ ਹੋਇਆ ਸੀ, ਭੀੜ ਆਏ ਹੋਏ ਸੀ, ਮੈਂ ਰੋਈ, ਮੈਂ ਹੈਲਪ ਵੀ ਕੀਤੀ, ਪਰ ਉੱਥੇ ਉਹ ਨਹੀਂ ਹਟਿਆ। ਇਹ ਕੇਜਰੀਵਾਲ ਦੇ ਡਰਾਇੰਗ ਰੂਮ ਦੀ ਜਿਹੜੀ ਕਹਾਣੀ ਉਸਨੇ ਆਪਣੀ ਐਫ ਆਈ ਆਰ ਦੇ ਵਿੱਚ ਲਿਖਾਈ ਹੈ। ਵੈਸੇ 164 ਦੇ ਅੰਡਰ ਵੀ ਉਸਨੇ ਬਿਆਨ ਦੇ ਦਿੱਤੇ ਨੇ। ਇਹ ਜਿਹੜਾ ਹੈ ਪਹਿਲਾ ਹਿੱਸਾ ਕਹਿ ਲਓ ਕਿ ਜਿਹੜੀ ਡਿਵੈਲਪਮੈਂਟ ਹੋਈ ਹੈ, 13 ਨੂੰ ਹੋਈ ਸੀ ਇਹ ਘਟਨਾ, ਤੇ ਕੱਲ੍ਹ ਉਹਨੇ ਐਫ ਆਈ ਆਰ ਲੌਂਚ ਕਰਾਈ ਤੇ ਦੁਬਾਰਾ ਇਹਨੂੰ ਸੀਨ ਕ੍ਰੀਏਟ ਕਰਨ ਲਈ ਕੇਜਰੀਵਾਲ ਸਾਹਿਬ ਦੇ ਘਰ ਦੇ ਵਿੱਚ ਉਸੇ ਡਰਾਇੰਗ ਰੂਮ ਚ ਲੈ ਕੇ ਗਏ। ਇਹ ਹੈ ਇੱਕ ਪੱਖ। ਇਹ ਜਦੋਂ ਸਾਰੀ ਘਟਨਾ ਵਾਪਰ ਗਈ ਸੀ, ਕਿਉਂਕਿ ਸਵਾਤੀ ਮਾਲੀਵਾਲ ਹੈ ਤਾਂ ਇਹਨਾਂ ਦੀ ਪੁਰਾਣੀ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ ਹੈ, ਐਂਟੀ ਕਰਪਸ਼ਨ ਮੂਵਮੈਂਟ ਜਿਹੜੀ, ਉਹਦੇ ਵਿੱਚ ਅੰਨਾ ਹਜ਼ਾਰ ਵੇਲੇ ਦੀ ਹੈ, ਇਹਨੇ 11 ਦੀ ਹੈ ਤੇ 20 ਸਾਲ ਹੋ ਗਏ, ਤੇ ਉਹਨਾਂ ਦੇ ਨਾਲ ਆਪ ਹੀ ਕਹਿ ਦਈਏ ਵੀ ਮੈਂ ਤਾਂ ਸਭ ਤੋਂ ਪੁਰਾਣੀ ਹੈ। ਉੱਥੇ ਇਹਨੇ ਮਿਹਨਤ ਵੀ ਕੀਤੀ, ਨਾਲ ਵੀ ਰਹੀ, ਔਰ ਉੱਥੇ ਵਿਆਹ ਵੀ ਉਦੋਂ ਬਾਅਦ ਹੀ ਹੋਇਆ, ਉੱਥੇ ਬੰਦਾ ਮਿਲਿਆ ਜਿਹੜਾ ਜੈਨ, ਉਹਦੇ ਨਾਲ ਵਿਆਹ ਕਰਾਇਆ। ਉਹ ਸਾਰਾ ਕੁਛ ਜਿਹੜੀ ਪੁਰਾਣੀ ਹੈ ਉਹਨੂੰ ਪਤਾ ਸੀ ਵੀ ਕਿਵੇਂ ਜਾਣਾ, ਹਰ ਰੋਜ਼ ਮਿਲਦੀ ਹੋਏਗੀ, ਤੇ ਤਾਂ ਹੀ ਰਾਜ ਸਭਾ ਚ ਭੇਜੀ। ਇਹ ਤਾਂ ਹੈ ਇੱਕ ਪੱਖ। ਹੁਣ ਦੂਜਾ ਪੱਖ ਇਹ ਹੈ ਕਿ ਸੰਜੇ ਸਿੰਘ ਦੀ ਪ੍ਰੈਸ ਕਾਨਫਰੰਸ। ਸੰਜੇ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਮਾੜੀ ਗੱਲ ਹੋਈ, ਵਿਵਕ ਕੁਮਾਰ ਨੇ ਇਹਦੇ ਨਾਲ ਭੱਦਰ, ਉਹਨੇ ਨੀ ਕਿਹਾ ਵੀ ਕੁੱਟਮਾਰ ਕੀਤੀ, ਉਹਨੇ ਕਿਹਾ ਇਹਦੇ ਨਾਲ ਮਿਸਬਿਹੇਵ ਕੀਤਾ, ਤੇ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਮੈਂ ਸੰਗਿਆਨ ਲਊਂਗਾ, ਇਹ ਗੱਲ ਕੀਤੀ। ਇਹ ਪ੍ਰੈਸ ਕਾਨਫਰੰਸ ਤੇ ਸੰਜੇ ਸਿੰਘ ਦੀ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਕਿ ਇਹਨਾਂ ਨੇ ਮੰਨ ਲਈ ਵੀ ਉਹਦੇ ਨਾਲ ਉੱਥੇ ਕੋਈ ਗਲਤ ਗੱਲ ਹੋਈ ਹੈ। ਇਹ ਇੰਨੀ ਗੱਲ ਸੀ, ਇਹ ਚੁੱਪ ਰਹੀ, ਇਹਨੇ ਕੁਛ ਨਹੀਂ, ਹਾਂ ਇੰਨਾ ਕੁਛ ਕੀਤਾ ਕਿ ਜਦੋਂ ਇਹਦੇ ਕੁੱਟਮਾਰ ਇਹ ਕਹਿੰਦੀ ਹੈ ਕਿ ਹੋਈ, ਮੈਂ ਉਸ ਵੇਲੇ 112 ਨੰਬਰ ਤੇ ਫੋਨ ਕੀਤਾ, ਪੁਲਿਸ ਨੂੰ ਜਿਹੜਾ ਹੈ ਮੈਂ ਇਨਫੋਰਮ ਕੀਤਾ। ਉਸ ਤੋਂ ਬਾਅਦ ਸਵਾਲ ਤਾਂ ਉਸ ਤੋਂ ਬਾਅਦ ਵੀ ਆਪਾਂ ਦੇਖਾਂਗੇ, ਫਿਰ ਚਲੀ ਗਈ, ਫਿਰ ਥਾਣੇ ਗਈ, ਪਰ ਥਾਣੇ ਜਾ ਕੇ ਇੱਕ ਰਾਜ ਸਭਾ ਦਾ ਮੈਂਬਰ ਫਿਰ ਆਟੋ ਲੈ ਕੇ ਜਾਂਦਾ ਥਾਣੇ, ਕਿਉਂਕਿ ਕਾਰ ਨਹੀਂ ਹੈ, ਕੀ ਹੈ, ਕਈ ਸਵਾਲ ਨੇ, ਉਹ ਆਪਾਂ ਬਾਅਦ ਚ ਕਰਦੇ ਹਾਂ। ਤੁਸੀਂ ਪਹਿਲਾਂ ਇੰਨੀ ਗੱਲ ਸਮਝੋ, ਇਹ ਪੱਖ ਜਿਹੜਾ ਇਹਨੇ ਐਫ ਆਈ ਆਰ ਚ ਦਿੱਤਾ ਤੇ ਸੰਜੇ ਸਿੰਘ ਨੇ ਗੱਲ ਮੰਨੀ ਹੈ। ਹੁਣ ਕੀ ਹੋਇਆ, ਜਿਹੜੀ ਡਿਵੈਲਪਮੈਂਟ ਹੁੰਦੀ ਹੈ ਲਖਨਊ ਦੀ, ਅਸਲ ਲਖਨਊ ਦੇ ਵਿੱਚ ਅਖਿਲੇਸ਼ ਯਾਦਵ, ਸੰਜੇ ਸਿੰਘ ਤੇ ਵਿਚਾਲੇ ਬੈਠੇ ਨੇ ਕੇਜਰੀਵਾਲ ਸਾਹਿਬ, ਪ੍ਰੈਸ ਕਾਨਫਰੰਸ ਹੈ।
ਤੇ ਉੱਥੇ ਨਾਲ ਏਅਰਪੋਰਟ ਤੋਂ ਨਿਕਲਦਾ ਤੇ ਬਿਪਲਬ ਕੁਮਾਰ ਵੀ ਨਾਲ ਹੈ। ਮੀਡੀਆ ਨੇ ਬਿਪਲਬ ਕੁਮਾਰ ਦਿਖਾਤਾ ਜਿਹਦੇ ਤੇ ਇਹਨਾਂ ਨੇ ਲੈਣਾ ਸੀ ਸੰਗਿਆਨ, ਜਿਹਦੇ ਐਕਸ਼ਨ ਲੈਣਾ ਸੀ। ਤਾਂ ਇਹ ਸ਼ਾਇਦ ਉਦੋਂ ਬਾਅਦ ਤਾਂ ਗੱਲ ਕਾਫੀ ਜ਼ਿਆਦਾ ਕਿ ਇਹਨਾਂ ਨੇ ਕੀ ਇਹ ਤਾਂ ਨਾਲ ਲਈ ਫਿਰਦਾ, ਤੇ ਉਸ ਤੋਂ ਬਾਅਦ ਬਿਪਲਬ ਕੁਮਾਰ ਤੇ ਇਹ ਐਫ ਆਈ ਆਰ ਲੌਜ ਹੁੰਦੀ ਹੈ। ਹੁਣ ਇੱਥੇ ਕੀ ਹੈ ਜਿਹੜੀ ਗੱਲ ਮੈਂ ਦੱਸਣੀ ਚਾਹੁੰਦਾ, ਇਸ ਪ੍ਰੈਸ ਕਾਨਫਰੰਸ ਵਿੱਚ ਮੈਂ ਇੱਕ ਦੀ ਕਈ ਵਾਰ ਦੇਖੀ ਕਿ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਨੂੰ ਦੇਖਿਆ ਵੀ ਬਹੁਤ ਹੀ ਵਿਚਾਰਾ, ਉਹਦੀ ਬਾਡੀ ਲੈਂਗੁਏਜ ਘਬਰਾਇਆ ਹੋਇਆ, ਇਹ ਉੱਥੇ ਕੋਈ ਬਿਲਕੁਲ ਫਾਰਮ 'ਚ ਨਹੀਂ ਸੀ। ਔਰ ਜਦੋਂ ਸਵਾਲ ਕੀਤਾ ਕਿ ਤੇਰੇ ਘਰ 'ਚ ਕੀ ਹੋਇਆ, ਤਾਂ ਉਦੋਂ ਬਾਅਦ ਆਪਣੇ ਵਿਚਾਰ ਲਈ ਮਾਈਕ ਕਰਤੇ ਸੰਜੇ ਸਿੰਘ ਦੇ ਸਾਹਮਣੇ, ਜਿਹੜਾ ਸੰਜੇ ਸਿੰਘ ਪਹਿਲਾਂ ਕਹਿ ਚੁੱਕਿਆ ਹੈ ਕਿ ਹਾਂ ਕੇਜਰੀਵਾਲ ਸਾਹਿਬ ਉਹਦੇ ਉਹਦੇ ਨਾਲ ਮਿਸਬਿਹੇਵ ਹੋਇਆ, ਸੰਗਿਆਨ ਲੈਣਗੇ, ਐਕਸ਼ਨ ਲੈਣਗੇ। ਤਾਂ ਹੁਣ ਉੱਥੇ ਫਿਰ ਸੰਜੇ ਸਿੰਘ ਨੇ ਕੀ ਕਿਹਾ, ਇਹ ਪੋਲੀਟੀਕਲ ਬੰਦਿਆਂ ਦੀ ਕਮਾਲ ਦੇਖੋ ਸੀ, ਉੱਥੇ ਉਹ ਗੱਲ ਕੀਤੀ ਜਿਹੜੀ ਪਹਿਲਾਂ ਕੀਤੀ ਸੀ, ਬਿਲਕੁਲ ਸਿੱਧਾ ਯੂ ਟਰਨ, ਔਰ ਜਵਾਬ ਵੀ ਕਮਾਲ ਦਾ। ਉਹ ਕਹਿੰਦੇ ਜੀ ਸਾਨੂੰ ਇੱਕ ਸਵਾਲ ਪੁੱਛਦੇ, ਤੁਸੀਂ ਇਹਨਾਂ ਨੂੰ ਪੁੱਛਿਆ ਮਣੀਪੁਰ 'ਚ ਕੀ ਹੋਇਆ, ਤੁਸੀਂ ਇਹਨਾਂ ਨੂੰ ਪੁੱਛਿਆ ਬ੍ਰਿਜਮੋਹਨ ਭੂਸ਼ਣ ਨੇ ਜੋ ਕੀਤਾ ਹੈ ਸਾਡੀਆਂ ਪਹਿਲਵਾਨ ਕੁੜੀਆਂ ਨਾਲ, ਉਹ ਭਾਰਤੀ ਜਨਤਾ ਪਾਰਟੀ ਤੇ ਪੈ ਗਿਆ। ਮੈਂ ਅਕਸਰ ਦੇਖਦਾ ਇਹ ਜਦੋਂ ਮੈਂ ਡਿਬੇਟ ਕਰਦਾ, ਪੰਜ ਬੰਦੇ ਹੁੰਦੇ ਨੇ, ਇੱਕ ਅਸੀਂ ਨਿਰਪੱਖ ਟਿੱਪਣੀਕਾਰ ਬਣਾਉਣੇ, ਬਾਕੀ ਜਿਹੜੇ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਹੁੰਦੇ ਨੇ, ਉਹ ਕਦੇ ਵੀ ਮੁੱਦੇ ਤੇ ਨਹੀਂ, ਉਹਨੂੰ ਲਿਆਉਣਾ ਪੈਂਦਾ ਮੁੱਦੇ ਤੇ, ਗੱਲ ਹੀ ਨਹੀਂ ਕਰਦੇ, ਇੱਧਰ ਲਿਆਉਂਦੇ ਗੱਲਾਂ ਜਾਂ ਦੂਜੇ ਦੇ ਗੱਲ ਪਾਉਂਦੇ ਨੇ, ਜਿਵੇਂ ਸੰਜੇ ਸਿੰਘ ਨੇ ਪਾਈ। ਇਹ ਤਾਂ ਹੋ ਗਿਆ ਹੁਣ ਜਿਹੜੀ ਉੱਥੇ ਸੰਜੇ ਸਿੰਘ ਦਾ ਯੂ ਟਰਨ, ਗੱਲ ਇੱਥੇ ਨਹੀਂ ਖਤਮ। ਜੇ ਇੰਨੀ ਹੁੰਦੀ ਤਾਂ ਗੱਲ ਸਮਝ ਆ ਜਾਂਦੀ ਵੀ ਉਹਨੂੰ ਕੁੱਟਿਆ, ਲੇਕਿਨ ਉਦੋਂ ਬਾਅਦ ਸੀਨ 'ਚ ਆਉਂਦੀ ਹੈ ਜਿਹੜੀ ਹੈ ਆਤਸ਼ੀ ਸਿੰਘ, ਉਹ ਪ੍ਰੈਸ ਕਾਨਫਰੰਸ ਕਰਦੀ ਹੈ, ਨਾ ਸਿਰਫ ਪ੍ਰੈਸ ਕਾਨਫਰੰਸ ਕਰਦੀ ਹੈ ਬਲਕਿ ਇੱਕ 52 ਸਕਿੰਟ ਦੀ ਵੀਡੀਓ ਵੀ ਜਾਰੀ ਕਰਦੀ ਹੈ, ਜਿਹਦੇ 'ਚ ਸਵਾਤੀ ਮਾਲੀਵਾਲ ਉੱਥੇ ਬੈਠੀ ਹੈ ਡਰਾਇੰਗ ਰੂਮ 'ਚ, ਤੇ ਜਿਹੜੇ ਸਿਕਿਉਰਿਟੀ ਸਟਾਫ ਆ ਉਹਦੇ ਨਾਲ ਝਗੜ ਰਹੀ ਹੈ, ਉਹਨਾਂ ਨੂੰ ਡਰਾ ਰਹੀ ਹੈ, ਉਹਨਾਂ ਨੂੰ ਕਹਿ ਰਹੀ ਹੈ ਕਿ ਮੈਂ ਰਾਜ ਸਭਾ ਦੀ ਮੈਂਬਰ ਹਾਂ, ਮੈਨੂੰ ਹੱਥ ਲਾ ਕੇ ਦੇਖੋ, ਮੈਂ ਤੁਹਾਡੀ ਨੌਕਰੀ ਚਲੀ ਜਾਊਂਗੀ। ਤਾਂ ਮੈਂ ਕਹਿੰਦੀ ਮੈਂ, ਉਹ ਕਹਿੰਦੇ ਤੂੰ ਇੱਥੋਂ ਜਾ, ਇਹ ਜਾਣਾ ਨਹੀਂ ਚਾਹੁੰਦੀ। ਇਹ ਕਹਿੰਦੀ ਹੈ ਵੀ ਜਿੰਨਾ ਚਿਰ ਪੁਲਿਸ ਨਹੀਂ ਆਉਂਦੀ ਮੈਂ ਨਹੀਂ ਜਾਂਦੀ, ਮੈਂ ਫੋਨ ਕੀਤਾ ਹੋਇਆ। ਤੇ ਇਹਦਾ ਮਤਲਬ ਉਦੋਂ ਪਹਿਲਾਂ ਘਟਨਾ ਵਾਪਰ ਚੁੱਕੀ ਦੀ, ਇੱਕ ਹੋਰ ਵੀ ਸਬੂਤ ਆ ਘਟਨਾ ਵਾਪਰ ਦਾ। ਇਹ ਫਿਰ ਬਿਪਲਬ ਕੁਮਾਰ ਨੂੰ ਬਹੁਤ ਪੁੱਠਾ ਬੋਲਦੀ ਹੈ, ਜਾਣੀ ਉਦੋਂ ਬਾਅਦ ਵੀਡੀਓ ਕੱਟ ਜਾਂਦੀ ਹੈ ਤੇ ਗੰਜਾ ਜ਼ਰੂਰ ਸੌਂਦੀ ਹੈ, ਮੈਂ ਦੇਖੂ ਗੰਜੇ ਨੂੰ, ਕਿਉਂਕਿ ਬਿਪਲਬ ਕੁਮਾਰ ਦੇ ਉਹ ਸਪਸ਼ਟ ਹੁੰਦਾ ਹੈ ਮੈਨੂੰ ਗੰਜਾ ਕਹਿ ਰਹੀ ਹੈ। ਤੇ ਉੱਥੇ ਕੱਟ ਜਾਂਦੀ ਹੈ ਵੀਡੀਓ 52 ਸਕਿੰਟ ਵਾਲੀ, ਤੇ ਸਟਾਫ ਵਾਲੇ ਵੀ ਰੋਕਦੇ ਨੇ ਵੀ ਇਸ ਤਰ੍ਹਾਂ ਦੀ ਬੋਲੀ ਨਾ ਬੋਲ। ਇਹ ਜਾਰੀ ਕੀਤੀ ਹੈ ਹੁਣ ਜਿਹੜੀ ਇਹਨਾਂ ਨੇ। ਹੁਣ ਇੱਥੇ ਫਿਰ ਕਿਉਂਕਿ ਸਵਾਤੀ ਇਹਨਾਂ 'ਚ ਹੀ ਰਹੀ ਹੈ, ਔਰ ਇੰਨੀ ਛੋਟੀ ਉਮਰ 'ਚ ਐਡੇ ਵੱਡੇ ਅਹੁਦੇ ਲੈਣੇ, ਦੇਖੀ ਤਾਂ ਹੈ ਉਹ ਜਿਹੜੀ ਆਤਸ਼ੀ ਸਿੰਘ ਦੀ ਹੈ ਉਹਦਾ ਵੀ ਜਵਾਬ ਦਿੰਦੀ ਹੈ। ਆਤਸ਼ੀ ਸਿੰਘ ਇਹ ਸ਼ੋਅ ਕਰਦੀ ਹੈ ਕਿ ਇਹ ਬੀਜੇਪੀ ਦੀ ਸ਼ਰਾਰਤ ਹੈ, ਇਹ ਅਕਸਰ ਹੁੰਦਾ। ਇਹ ਤਾਂ ਕਹਿੰਦੀ ਬਿਨਾਂ ਅਪਾਇੰਟਮੈਂਟ ਤੋਂ ਗਈ, ਇਹ ਅਸਲ ਦੇ ਵਿੱਚ ਫਸਲਾਂ ਤਾਂ ਸੀ ਕੇਜਰੀਵਾਲ ਨੇ, ਕੇਜਰੀਵਾਲ ਉਦੋਂ ਨਹੀਂ ਸਾਹਮਣੇ ਆਏ, ਉਹ ਤਾਂ ਕਹਿੰਦੀ ਹੈ ਹੀ ਨਹੀਂ ਸੀ ਇੱਥੇ। ਆਤਸ਼ੀ ਸਿੰਘ ਇਸ ਤਰ੍ਹਾਂ ਇਹ ਕਈ ਸਵਾਲ ਖੜੇ ਕਰਦੀ ਹੈ, ਸਵਾਲ ਤਾਂ ਹੁਣ ਲੋਕ ਵੀ ਕਰਦੇ ਨੇ ਕਿ ਇਹ ਵੀਡੀਓ ਕਿਹਨੇ ਬਣਾਈ, ਇਹ ਵੀਡੀਓ ਸੀਸੀਟੀਵੀ ਦੀ ਹੈ ਜਾਂ ਕਿਹਦੀ ਹੈ, ਕਿਹਨੂੰ ਪਤਾ ਇਹ ਕੌਣ ਵੀਡੀਓ ਬਣਾਉਂਦਾ ਉੱਥੇ, ਕਈ ਕਿਸਮ ਦੇ ਸਵਾਲ ਨੇ। ਯਾਨੀ ਇਹਨੂੰ ਇਸ ਤੇ ਫਿਰ ਰਿਐਕਟ ਕਰਦੀ ਹੈ ਫਿਰ ਉਹ ਜਿਹੜੀ ਸਵਾਤੀ ਮਾਲੀਵਾਲ, ਗੁੰਡਾ ਹੈ, ਇਹ ਕਹਿੰਦਾ ਪਾਰਟੀ ਨੂੰ ਡਰਾ ਰਿਹਾ ਵੀ ਜੇ ਕਿਤੇ ਮੈਨੂੰ ਫਸਾ ਤਾ ਨਾ ਤੁਸੀਂ,
ਜਿਹੜਾ ਪੀਏ ਆ ਕੇਜਰੀਵਾਲ ਦਾ, ਮੈਂ ਸਭ ਨੂੰ ਫਸਾ ਦੂੰਗਾ। ਇਹਦੇ ਕੋਲ ਇਹਨਾਂ ਦੇ ਬੜੇ ਜਿਹੜੇ ਨੇ ਰਾਜ ਨੇ, ਇਸ ਕਰਕੇ ਇਹ ਉਹਨਾਂ ਨੂੰ, ਇਹ ਜਿਹੜਾ ਗੁੰਡੇ ਕਰਕੇ ਪਾਰਟੀ ਨੇ ਯੂ ਟਰਨ ਲਿਆ, ਇਹ ਇਹਨੇ ਲਿਖਿਆ ਜਿਹੜੀ ਸਵਾਤੀ ਮਾਲੀਵਾਲ ਨੇ। ਤੇ ਫਿਰ ਸਵਾਤੀ ਮਾਲੀਵਾਲ ਨੇ ਇੱਕ ਗੱਲ ਜਿਹੜੀ ਕੀਤੀ ਉਹ ਹੋਰ ਵੀ ਖਤਰਨਾਕ ਹੈ, ਜਿਹੜੀ ਮੈਂ ਜ਼ਿਕਰ ਕੀਤਾ ਸੀ। ਇੱਕ ਵੀਡੀਓ ਉਹਦੀ ਵੀ ਵਾਇਰਲ ਹੋ ਰਹੀ ਹੈ, ਜਿਹਦੇ ਚ ਉਹ ਕਹਿ ਰਹੀ ਹੈ ਕਿ ਇਹ ਜਿਹੜਾ ਹਿੱਟਮੈਨ ਹੈ, ਜਿਹੜਾ ਉਹ ਹਿੱਟਮੈਨ ਕੌਣ ਹੈ, ਸਿਆਸੀ ਹਿੱਟਮੈਨ ਕੌਣ ਹੈ, ਪੋਲੀਟੀਕਲ ਹਿੱਟਮੈਨ, ਉਹ ਕਹਿ ਰਹੀ ਹੈ ਕੇਜਰੀਵਾਲ। ਉਹਨੇ ਆਪਣੀ ਐਕਸ ਤੇ ਜਿਹੜੀ ਪੋਸਟ ਪਾਈ ਹੈ ਨਾ, ਪੋਸਟ ਉਹਦੇ ਚ ਜਿਵੇਂ ਪੰਜਾਬੀ ਦੱਸਾਂ, ਹਰ ਵਾਂਗ ਵਾਰ ਇਸ ਵਾਰ ਵੀ ਸਿਆਸੀ ਹਿੱਟਮੈਨ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ, ਆਪਣੇ ਲੋਕਾਂ ਨੂੰ ਬਿਨਾਂ ਕਿਸੇ ਸੰਦਰਭ ਦੇ ਵੀਡੀਓ ਟਵੀਟ ਤੇ ਸ਼ੇਅਰ ਕਰਨ ਦੇ ਕੰਮ ਲਾ ਦਿੱਤਾ ਹੈ। ਉਹ ਸੋਚਦਾ ਹੈ ਕਿ ਅਜਿਹਾ ਅਪਰਾਧ ਕਰਕੇ ਉਹ ਬਚ ਸਕਦਾ ਹੈ। ਕਿਸੇ ਨੂੰ ਕੁੱਟਣ ਦਾ ਵੀਡੀਓ ਕੌਣ ਬਣਾਉਂਦਾ ਹੈ, ਘਰ ਅਤੇ ਕਮਰੇ ਦੀ ਸੀਸੀਟੀਵੀ ਦੀ ਫੁਟੇਜ ਪੜਤਾਲ ਕਰਦੇ ਛੇਤੀ ਹੀ ਸਚਾਈ ਦਾ ਖੁਲਾਸਾ ਹੋ ਜਾਵੇਗਾ। ਇਹ ਕੌਣ ਕਹਿੰਦੀ ਹੈ? ਇਹ ਐਕਸ ਤੇ ਲਿਖਿਆ ਸਵਾਤੀ ਨੇ, ਉਹ ਕਹਿੰਦੀ ਹੈ ਵੀ ਇਹਦਾ ਕੰਮ ਹੀ ਹੈ ਕੇਜਰੀਵਾਲ ਦਾ। ਮੈਂ ਤੁਹਾਨੂੰ ਦੱਸਿਆ ਸੀ ਕਿ ਕੇਜਰੀਵਾਲ ਤੇ ਪਹਿਲਾਂ ਵੀ ਪਹਿਲੀ ਵਾਰ ਸ਼ੁਰੂ ਚ ਜਦੋਂ ਡਾਕਟਰ ਧਰਮਵੀਰ ਗਾਂਧੀ ਇਹ ਤੋਂ ਅਲੱਗ ਹੋਏ ਨਾ, ਉਦੋਂ ਪ੍ਰਸ਼ਾਂਤ ਭੂਸ਼ਣ ਨੂੰ ਕੁੱਟਿਆ ਸੀ। ਮਤਲਬ ਜਿਨ੍ਹਾਂ ਨੇ ਪਾਰਟੀ ਬਣਾਈ ਉਹਨੂੰ ਕੱਟ ਕੇ ਬਾਹਰ ਕੀਤਾ, ਕੁਮਾਰ ਵਿਸ਼ਵਾਸ ਇਹ ਸਾਰਾ ਕੁਛ ਨਾ, ਉਹਨੂੰ ਕੁੱਟਿਆ ਭਾਵੇਂ ਨਹੀਂ, ਪਰ ਉਹਨੂੰ ਤਾਂ ਕੁੱਟਿਆ ਸੀ ਬਜ਼ੁਰਗ ਨੂੰ। ਤੋ ਇਸ ਜਿਹੜਾ ਸੰਦਰਭ ਚ ਇਹ ਕਹਿ ਰਹੀ ਹੈ। ਹੁਣ ਇਹ ਸਾਰੇ ਹਾਲਾਤ ਦੇ ਵਿੱਚ, ਕਿਉਂਕਿ ਮੈਂ ਬ੍ਰੇਕ ਤੇ ਜਾਣਾ ਹੈ ਤੇ ਮੈਂ ਚਾਹੁੰਦਾ ਸੀ ਕਿ ਤੁਹਾਨੂੰ ਬਰੀਫ ਜੀ ਗੱਲ ਕਰਦਾ, ਹੁਣ ਇਸ ਸਾਰੇ ਹਾਲਾਤ ਦੇ ਵਿੱਚ ਕੀ ਅਸਰ ਪੈ ਸਕਦਾ ਸਾਰੀ ਸਿਚੁਏਸ਼ਨ ਤੇ, ਦਿੱਲੀ ਦੀ ਤੇ, ਜਿਹਦੇ ਚ ਅਸੀਂ ਇਹ ਕਹਿੰਦੇ ਸੀ ਕਿ ਜਿਹੜਾ ਆਮ ਆਦਮੀ ਪਾਰਟੀ ਉਹਨੂੰ ਹਮਦਰਦੀ ਦੀ ਵੋਟ ਮਿਲੂਗੀ ਜਦੋਂ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਆਏ ਸੀ। ਪਿਆਰੇ ਦਰਸ਼ਕੋ, ਲੋਕਤੰਤਰ ਹੈ, ਲੋਕਤੰਤਰ ਚ ਕੋਈ ਵੀ ਛੋਟੀ ਜਿਹੀ ਘਟਨਾ, ਕੋਈ ਵੀ ਛੋਟਾ ਜਿਹਾ ਵਾਕ, ਕੋਈ ਵੀ ਘਟਨਾ ਉਹ ਤੁਹਾਡੇ ਪਾਸਾ ਵੀ ਪਲਟ ਦਿੰਦੀ ਹੈ ਬਹੁਤ ਵਾਰ। ਹੁਣ ਤੱਕ ਇਹ ਐਨਾਲਿਸਿਸ ਆ ਰਹੇ ਸੀ ਕਿ ਦਿੱਲੀ ਦੀਆਂ ਸੱਤੇ ਦੀਆਂ ਸੱਤੇ ਸੀਟਾਂ ਲਿਜਾ ਸਕਦੇ ਨੇ ਇਸ ਵਾਰ ਇੰਡੀਆ ਗਠਜੋੜ। ਸੋਸ਼ਲ ਮੀਡੀਆ ਤੇ ਗੱਲ ਘੁੰਮ ਰਹੀ ਸੀ, ਪਰ ਉਹੀ ਸੋਸ਼ਲ ਮੀਡੀਆ ਤੇ ਹੁਣ ਬਿਲਕੁਲ ਵੱਖਰੀ ਗੱਲ ਹੋਈ ਇੰਨੀ ਗੱਲ ਤੋਂ ਬਾਅਦ, ਖਾਸ ਤੌਰ ਤੇ ਜਦੋਂ ਦੀ FIR ਲੌਂਚ ਕਰਾਈ ਹੈ ਸਵਾਤੀ ਪਾਣੀ। ਹੁਣ ਉਹਦਾ ਕਾਰਨ ਹੈ, ਹੁਣ ਖਬਰ ਬਣੀ ਹੈ ਇੱਕ ਅਖਬਾਰ ਦੀ, ਆਮ ਆਦਮੀ ਪਾਰਟੀ ਤੇ ਕਾਂਗਰਸ ਦੀਆਂ ਦੂਰੀਆਂ। ਕਿਉਂ ਦੂਰੀਆਂ? ਕਿਉਂਕਿ ਪ੍ਰਿਅੰਕਾ ਗਾਂਧੀ ਆਪ ਔਰਤ ਹੈ, ਉਹਨੇ ਔਰਤ ਦੇ ਹੱਕ ਚ ਨਹੀਂ ਬੋਲਦੀ, ਆਹ ਵੀ ਗਲਤ ਗੱਲ ਹੈ। ਉਹ ਪ੍ਰਿਅੰਕਾ ਗਾਂਧੀ ਹੱਕ ਚ ਬੋਲੀ ਸਵਾਤੀ ਪਾਲੀਵਾਲ ਦੇ। ਬਾਕੀ ਚਲੋ ਸੀਤਾ ਰਮਨ ਜਾਂ ਹੋਰ ਮੈਂ ਕੋਈ ਜ਼ਿਕਰ ਨਹੀਂ ਕਰਨਾ, ਸਾਰੀ ਤੇ ਭਾਰਤੀ ਜਨਤਾ ਪਾਰਟੀ ਨੂੰ ਤਾਂ ਮਸਾਂ ਮੌਕਾ ਮਿਲਿਆ ਤੇ ਉਹ ਤਾਂ ਬੋਲ ਹੀ ਰਹੇ ਨੇ, ਉਹ ਤਾਂ ਪ੍ਰਦਰਸ਼ਨ ਹੀ ਕਰ ਰਹੇ ਨੇ। ਰੇਖਾ ਸ਼ਰਮਾ ਤੋਂ ਲੈ ਕੇ ਸਾਰਾ ਜਿਹੜਾ ਦਿੱਲੀ ਦਾ ਯੂਨਿਟ ਹੈ ਉਹ ਤਾਂ ਪੂਰਾ ਲੱਗ ਗਿਆ ਇਸੇ ਹਾਲਾਤ ਚ ਹੀ ਕਿ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿੱਤਾ ਤੇ ਮੌਕੇ ਦੇ ਵਿੱਚ ਇਸ ਹਾਲਾਤ ਦੇ ਵਿੱਚ ਉਹ ਪੂਰਾ ਇੰਡੀਆ ਗਠਜੋੜ ਤੇ ਉਹਦਾ ਅਸਰ ਪੈ ਗਿਆ। ਹੁਣ ਉੱਥੇ ਰੈਲੀ ਕਰਨੀ ਹੈ, ਰਾਹੁਲ ਗਾਂਧੀ ਰੈਲੀ ਚ ਕੇਜਰੀਵਾਲ ਨਹੀਂ ਜਾ ਰਹੇ। ਵੈਸੇ ਕੇਜਰੀਵਾਲ ਸਾਹਿਬ ਅੱਜ ਕੱਲ੍ਹ ਨਾ ਬਹੁਤ ਘਬਰਾ ਰਹੇ ਨੇ, ਫੇਸ ਤੋਂ ਹੀ ਲੱਗਦਾ ਹੈ। ਹੁਣ ਅੰਮ੍ਰਿਤਸਰ ਦੀ ਜਿਹੜੇ ਦੇਖੋ, ਇੱਕ ਖਾਸ ਕਿਸਮ ਦਾ ਹੁਕਮ ਜਾਰੀ ਕੀਤਾ ਗਿਆ ਵੀ ਕੋਈ ਵੀ ਹਾਲਤ ਹੋਵੇ ਕੋਈ ਵੀ ਮੀਡੀਆ ਪਰਸਨ ਮੇਰੇ ਨੇੜੇ ਨਹੀਂ ਆਉਣਾ ਚਾਹੀਦਾ, ਮਾਨ ਸਾਹਿਬ ਨੂੰ ਇਹ ਹੁਕਮ ਸੀ ਤੇ ਕੋਈ ਨਹੀਂ ਆਇਆ। ਹਾਲਾਂਕਿ ਜਦੋਂ ਉਹਨਾਂ ਨੂੰ ਲੱਗਿਆ ਵੀ ਕਿਤੇ ਨਾ ਕਿਤੇ ਗੜਬੜ ਹੋ ਸਕਦੀ ਹੈ, ਉੱਥੇ ਗਈ ਨਹੀਂ, ਕਮਰ ਵਿਜੇ ਪ੍ਰਤਾਪ ਖੜਾ ਉਡੀਕਦਾ ਰਿਹਾ
ਉੱਥੇ ਗਏ ਨਹੀਂ, ਪਹਿਲੇ ਛੱਡ ਕੇ ਚਲੇ ਗਏ। ਕੇਜਰੀਵਾਲ ਦਾ ਉੱਥੇ ਕਮਰ ਵਿਜੇ ਪ੍ਰਤਾਪ ਦੇ ਨਾਂ ਜਾਣਾ ਹੈ ਤਾਂ ਕੁਲਦੀਪ ਧਾਲੀਵਾਲ ਨੂੰ ਬਹੁਤ ਮਹਿੰਗਾ ਪੈ ਸਕਦਾ। ਉੱਥੋਂ ਦੇ ਸਾਰੇ ਲੋਕਾਂ ਨੇ ਇਹ ਵੀ ਪਤਾ ਲੱਗਿਆ ਵੀ ਝੰਡੇ ਵੀ ਲਾਹਤੇ ਆਪਦੇ ਘਰਾਂ ਚੋਂ, ਤਾਂ ਠੀਕ ਹੈ ਜਾਂ ਕਰ ਲਓ ਜੋ ਕਰ ਲੈ, ਜਿਹਨੀ ਬਗਾਵਤ ਉੱਥੇ। ਵੈਸੇ ਮੈਂ ਇੱਕ ਮਾਨ ਸਾਹਿਬ ਨੂੰ ਜਿਹੜਾ ਸਲਾਹ ਦਿੰਦਾ, ਕਿਉਂਕਿ ਮੀਡੀਆ ਦਾ ਕੰਮ ਸਲਾਹ ਤੇ ਫੀਡਬੈਕ ਦੇਣਾ ਹੀ ਹੁੰਦਾ। ਆਹ ਜਿਹੜਾ ਤੁਸੀਂ ਰੋਡ ਸ਼ੋ ਕਰਦੇ ਨਾ, ਇਹ ਲੋਕਾਂ ਨੂੰ ਤਾਂ ਤੰਗ ਕਰੋ। ਕੱਲ੍ਹ ਤੁਸੀਂ ਟਾਂਡਾ ਉਮਰ ਸੀ ਤੇ ਉੱਥੇ ਜਿਸ ਤਰੀਕੇ ਨਾਲ 2-2.5 ਘੰਟੇ ਲੋਕ ਤੰਗ ਹੋਏ ਗਰਮੀ ਦੇ ਵਿੱਚ, ਜਿਹੜੇ ਬੰਦੇ ਬਾਹਰ ਸੀ ਉਹਨਾਂ ਦਾ ਜਿਵੇਂ ਰਸਤੇ ਰੋਕੇ ਗਏ, ਇਹਦੇ ਨਾਲ ਥੋੜੀਆਂ ਵੋਟਾਂ ਬਣਦੀਆਂ ਨੀ ਬਲਕਿ ਘਟਦੀਆਂ ਨੇ। ਉਹ ਬੰਦਾ ਆਪਦੇ ਥੋੜੇ ਬਹੁਤੇ ਬੰਦੇ ਇਕੱਠੇ ਕਰਕੇ ਥੋੜੇ ਹਾਰ ਪਾ ਦਿੰਦੇ ਤਾਂ ਮਤਲਬ ਵੀ ਵੋਟ ਬਣਦੀ ਹੈ। ਇੱਥੇ ਇੱਕ ਉਮੀਦਵਾਰ ਆਇਆ, ਮੈਂ ਨਾਂ ਨਹੀਂ ਲੈਣਾ, ਪਟਿਆਲੇ, ਤੇ ਉਹ ਬੈਠਾ 200-250 ਬੰਦਾ ਇਕੱਠਾ ਕਰਕੇ ਉਹਨੇ ਕੀਤੀ ਤੇ ਵਿੱਚ ਉਹਦੇ ਕੋਈ ਚਮਚੇ ਚਾਟੜੇ ਨਾਰੇ ਲਾ ਰਹੇ ਸੀ, ਵਿੱਚ ਪਿੱਛੇ ਪਿੱਛੇ ਗੱਲਾਂ ਕਰ ਰਹੇ ਸੀ, ਕਹਿੰਦਾ ਅਸੀਂ ਖਰਚ ਕਰੀ ਜਾਂਦਾ, ਵੋਟ ਤੇ ਇਹਨੂੰ ਕੋਈ ਪੈਣੀ ਨਹੀਂ। ਮਤਲਬ ਉਹਦੇ ਵਿੱਚ ਬੈਠੇ ਲੋਕ ਹੁਣ ਬਹੁਤ ਸਿਆਣੇ ਹੋਏ ਹੋਏ ਨੇ। ਇਹ ਰੋਡ ਸ਼ੋਅ ਲੋਕਾਂ ਨੂੰ ਨਾ ਤੰਗ ਕਰੋ, ਜੇ ਕਰਨਾ ਜੋ ਕਰਨਾ ਕਰੀ ਚੱਲੋ। ਤਾਂ ਚਲੋ ਖੈਰ, ਇਹ ਸਾਰੇ ਹਾਲਾਤ ਦੇ ਵਿੱਚ ਸਵਾਤੀ ਬਾਲੀਵਾਲ ਨੇ ਇਹਨਾਂ ਨੂੰ ਡਿਫੈਂਸਿਵ ਕਰਤਾ, ਇਹ ਮੈਂ ਇਹ ਕਹਿ ਸਕਦਾ। ਹੁਣ ਇਹਨਾਂ ਦੀ ਜਿਹੜੀਆਂ ਛੁੱਟੀਆਂ ਸੀ ਨਾ, ਉਹ ਜਿਹੜੀ ਚੰਗੇ ਪਾਸੇ ਲੇਖੇ ਲੱਗਣੀਆਂ ਸੀ, ਹੁਣ ਦੂਜੇ ਪਾਸੇ ਇਹ ਨਹੀਂ ਕਿ ਸਵਾਤੀ ਬਾਲੀਵਾਲ ਸੱਚ ਜਦੋਂ ਸਾਹਮਣੇ ਉਦੋਂ ਉਹ ਹਾਲ ਦੀ ਘੜੀ ਭਾਰੂ ਹੋ ਗਿਆ। ਮੀਡੀਆ ਉਹਨਾਂ ਦੇ ਹੱਥ 'ਚ ਹੈ ਔਰ ਇੰਡੀਆ ਗਠਜੋੜ ਤੇ ਜਿਹੜੀ ਆਮ ਆਦਮੀ ਪਾਰਟੀ ਦੇ ਭਾਰੂ ਹੋ ਗਿਆ ਇਹ ਮਸਲਾ, ਇਹ ਜ਼ਰੂਰੀ ਗੱਲ ਹੈ। ਖਾਸ ਤੌਰ ਤੇ ਸੰਜੇ ਸਿੰਘ ਦੀ ਯੂਟਰਨ ਤੋਂ ਬਾਅਦ, ਹਾਲਾਂਕਿ ਹਾਦਸੀ ਕਹਿ ਰਹੀ ਹੈ, ਜੋ ਸੰਜੇ ਸਿੰਘ ਨੇ ਇਹ ਗੱਲ ਕਹੀ ਸੀ ਉਸ ਵੇਲੇ ਉਹਦੇ ਕੋਲ ਦੂਜਾ ਪੱਖ ਨਹੀਂ ਸੀ। ਇਹ ਹੁਣ ਇਸ ਤਰ੍ਹਾਂ ਦੇ ਵਿਚਕਾਰਨੀ ਜੇ ਸਟੇਟਮੈਂਟਾਂ ਜ਼ਰੂਰ ਆ ਰਹੀਆਂ। ਖੈਰ, ਹੁਣ ਆਪਾਂ ਪੰਜਾਬ ਦੇ ਜਿਹੜੇ ਪੋਲੀਟੀਕਲ ਸੀਨ ਦੀ ਗੱਲ ਕਰ ਲਈਏ, ਉਹਦੇ 'ਚ ਪੰਜਾਬ 'ਚ ਕੱਲ੍ਹ ਜਦੋਂ ਕਾਗਜ਼ ਵਾਪਸ ਹੋ ਗਏ, ਸਿਰਫ 25 ਬੰਦਿਆਂ ਨੇ ਕਾਗਜ਼ ਵਾਪਸ ਲਏ ਨੇ, ਤੇ ਜਿਹੜੇ 598 ਪੇਪਰ ਭਰੇ ਗਏ ਸੀ 466 ਉਮੀਦਵਾਰਾਂ ਵੱਲੋਂ, ਸਿਰਫ 25 ਨੇ ਵਾਪਸ ਲਏ ਨੇ। ਇਹਦਾ ਮਤਲਬ 328 ਪੇਪਰ ਬਿਲਕੁਲ ਠੀਕ ਨੇ ਉੱਥੇ, ਔਰ ਪਿਛਲੇ ਸਾਲਾਂ ਨਾਲੋਂ ਵੱਧ ਨੇ। ਪਿਛਲੀਆਂ ਜਦੋਂ 2014 ਚੋਣਾਂ ਹੋਈਆਂ ਸੀ ਉਦੋਂ 253 ਸੀ, ਤੇ ਜਦੋਂ 2019 ਦੇ 278 ਪੇਪਰ ਸੀ ਜਾਂ ਉਮੀਦਵਾਰ ਸੀ, ਹੁਣ 328 ਨੇ। ਔਰ ਕਮਾਲ ਇਹ ਹੈ ਕਿ ਜੋ ਮਰਜ਼ੀ ਅਸੀਂ ਕਹੀ ਜਾਈਏ, 33% ਇਹਨੂੰ ਰੈਜ਼ਰਵੇਸ਼ਨ ਦੇਣੀ ਹੈ, 302 ਮਰਦ ਨੇ ਤੇ 26 ਔਰਤਾਂ ਨੇ। 33% ਦੀ ਗੱਲ ਕਰਦੇ, ਮੈਂ ਬਹੁਤ ਵਾਰ ਆਪਣੇ ਭਾਸ਼ਣਾਂ 'ਚ ਕਿਹਾ ਕਿ ਇੱਥੇ, ਵੈਸੇ ਤਾਂ ਮੈਂ ਬਹੁਤ ਸਾਰੇ ਲੋਕ ਕਹਿੰਦੇ ਐਂ ਨਾ ਕਰੋ ਪੜ੍ਹਨ ਲਿਖਣ ਦੀ ਗੱਲ, ਮੈਂ ਕਹਿੰਦਾ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਪੋਲੀਟਿਕਸ 'ਚ ਹਿੱਸਾ ਲੈਣਾ ਚਾਹੀਦਾ, ਤੇ ਨਾਲ ਮੈਂ ਕਹਿੰਦਾ ਕੁੜੀਆਂ ਨੂੰ ਖਾਸ ਤੌਰ ਤੇ, ਕਿਉਂਕਿ ਖਾਲੀ ਪਿਆ ਫੀਲਡ। ਜਿਹੜੀ ਵੀ ਕੁੜੀ ਥੋੜ੍ਹੀ ਜਿਹੀ ਵੀ ਪੋਲੀਟੀਕਲੀ ਸਿਆਣੀ, ਆਹ ਦੇਖ ਲਓ ਸਵਾਤੀ ਬਾਲੀਵਾਲ 84 ਦਾ ਬਰਥ ਹੈ, ਤੇ ਹੁਣ ਆਪਾਂ ਖਬਰਾਂ ਲੈ ਕੇ ਉੱਠੇ ਹਾਂ ਤੇ ਕੈਬਨਿਟ ਰੈਂਕ 'ਚ ਪਹਿਲਾਂ ਚੇਅਰਪਰਸਨ ਰਹੀ ਕਈ ਸਾਲ, ਹੁਣ ਰਾਜ ਸਭਾ ਦੀ ਮੈਂਬਰ ਹੈ। ਤੋ ਖਾਲੀ ਪਿਆ ਇਹਦੇ 'ਚ, ਹੁਣ ਵੀ ਖਾਲੀ ਹੈ ਕਿਸਮ ਦਾ, 302 ਮਰਦ 26 ਔਰਤਾਂ, ਇਹ ਹੈ। 150 ਤੱਕ ਹੋਣਾ ਚਾਹੀਦਾ ਸੀ ਨਹੀਂ ਕੁੜੀਆਂ ਨੂੰ। ਖੈਰ, ਲੁਧਿਆਣਾ 'ਚ ਸਭ ਤੋਂ ਵੱਧ ਉਮੀਦਵਾਰ ਨੇ 43 ਨੇ, ਗੁਰਦਾਸਪੁਰ 'ਚ 26 ਨੇ, ਅੰਮ੍ਰਿਤਸਰ 'ਚ 30 ਨੇ, ਖਡੂਰ ਸਾਹਿਬ 'ਚ 27 ਨੇ, ਜਲੰਧਰ 'ਚ 40 ਨੇ, ਹੁਸ਼ਿਆਰਪੁਰ 'ਚ 16, ਅਨੰਦਪੁਰ ਸਾਹਿਬ 28, ਫਤਿਹਗੜ੍ਹ ਸਾਹਿਬ 14, ਫਰੀਦਕੋਟ 28, ਫਿਰੋਜ਼ਪੁਰ 29, ਸੰਗਰੂਰ 23, ਪਟਿਆਲਾ 26। ਸੋ ਇਹ ਸਥਿਤੀ ਆ, ਹੁਣ ਬਿਲਕੁਲ ਸਾਫ਼ ਹੈ। ਹੁਣ ਅਸੀਂ ਅਨੈਲਿਸਿਸ ਕਰਦੇ ਰਹਾਂਗੇ, ਵੈਸੇ ਸ਼ੁਰੂ ਕਰਤਾ ਕਿ ਕੀ ਪੋਜੀਸ਼ਨ ਚੱਲ ਰਹੀ ਹੈ, ਔਰ ਪੋਜੀਸ਼ਨ ਬਦਲਦੀ ਵੀ ਰਹਿੰਦੀ ਹੁੰਦੀ ਹੈ। ਇਹਦਾ ਮਤਲਬ ਵੀ ਜੇ ਅਸੀਂ ਕਹਿਤਾ ਕਿ ਹਵਾ ਉਹਦੇ ਹੱਕ 'ਚ ਹੈ ਤਾਂ
ਗੱਲ ਇਸ ਲਈ ਠੀਕ ਹੈ ਜਿਵੇਂ ਮੈਂ ਕੱਲ ਬਠਿੰਡੇ ਬਾਰੇ ਕਿਹਾ ਸੀ ਕਿ ਹਾਲ ਦੀ ਘੜੀ ਏਡਜ਼ ਨੂੰ ਲੈ ਕੇ ਹਰਸਿਮਰਤ ਕੌਰ ਠੀਕ ਚੱਲ ਰਹੀ ਹੈ। ਖੁੜੀਆ ਆਪ ਬੰਦਾ ਠੀਕ ਹੈ, ਲੇਕਿਨ ਕਿਉਂਕਿ ਆਮ ਆਦਮੀ ਪਾਰਟੀ ਤੇ ਬਹੁਤ ਸਵਾਲ ਉੱਠ ਰਹੇ ਨੇ, ਹੁਣ ਤਾਂ ਕਿਸਾਨਾਂ ਨੇ ਵੀ ਕਹਿਤਾ, ਉਸ ਕਰਕੇ ਉਹਨੂੰ ਡਿਫੈਂਸ ਹੋਣਾ ਪੈ ਰਿਹਾ ਹੈ। ਪਰਮਪਾਲ ਕੌਰ ਸਿੱਧੂ ਭਾਵੇਂ ਕਹੀ ਜਾਂਦੀ ਹੈ ਕਿ ਮੇਰੇ ਸਹੁਰਾ ਸਾਹਿਬ ਉਹ ਸਾਡੀ ਵੋਟ ਸਾਡੀ ਮਦਦ ਕਰਨਗੇ, ਵੋਟ ਸਪੋਰਟ, ਲੇਕਿਨ ਸਹੁਰਾ ਸਾਹਿਬ ਤਾਂ ਦੁਬਈ ਚਲੇ ਗਏ। ਇਹ ਸਾਰੀਆਂ ਗੱਲਾਂ ਖੈਰ ਹੋਰ ਕਰ ਸਕਾਂਗੇ ਆਉਣ ਵਾਲੇ ਟਾਈਮ ਚ, ਪਹਿਲਾਂ ਆਪਾਂ ਇੱਕ ਹੋਰ ਖਬਰ ਲੈ ਲਈਏ। ਦੇਖੋ ਈਡੀ ਹਰ ਰੋਜ਼ ਖਬਰਾਂ ਚ ਆਉਂਦੀ ਹੈ, ਜਦੋਂ ਆਪਾਂ ਕਦੇ ਐਨਾਲਿਸਿਸ ਕਰਾਂਗੇ ਸਭ ਤੋਂ ਜ਼ਿਆਦਾ ਹੁਣ ਈਡੀ ਦਾ ਆਉਂਦਾ। ਲੋਕ ਪੁੱਛਦੇ ਨੇ ਇਨੋਸੈਂਟ ਕੰਮ ਕਰਨ ਵਾਲੇ, ਆ ਈਡੀ ਕੀ ਹੁੰਦੀ ਹੈ ਸਰ, ਹੁਣ ਉਹਨੂੰ ਕੀ ਦੱਸੀਏ ਭਾਈ, ਈਡੀ ਬਹੁਤ ਕੁਝ ਹੁੰਦੀ ਹੈ। ਸੋ ਈਡੀ ਨੇ ਜਿਹੜੀ ਦਿੱਲੀ ਦੀ ਆਬਕਾਰੀ ਨੀਤੀ ਚ ਨਾ ਇੱਕ ਹੋਰ ਚਾਰਜਸ਼ੀਟ ਦਾਖਲ ਕਰਤੀ ਹੈ, ਤੇ ਇਸ ਵਾਰ ਚਾਰਜਸ਼ੀਟ ਚ ਕਮਾਲ ਇਹ ਹੋਈ ਹੈ ਕਿ ਪਹਿਲੀ ਵਾਰ ਹੋਇਆ ਦੇਸ਼ ਚ ਪਾਰਟੀ ਨੂੰ ਵੀ ਨਾਮਜ਼ਦ ਕੀਤਾ ਹੈ, ਕੱਲਾ ਕੇਜਰੀਵਾਲ ਨੇ, ਜਿਹੜੀ ਪਾਰਟੀ ਦਾ ਕੇਜਰੀਵਾਲ ਪ੍ਰਧਾਨ ਹੈ, ਸੁਪਰੀਮੋ ਹੈ, ਉਹਨੂੰ ਵੀ ਨਾਮਜ਼ਦ ਕੀਤਾ ਹੈ। ਇਹ ਜਿਹੜੀ ਹੁਣ ਇੱਕ ਵਿਸ਼ੇਸ਼ ਅਦਾਲਤ ਚ ਇਹ ਚਾਰਜਸ਼ੀਟ ਹੋਗੀ ਦਾਖਲ। ਵੈਸੇ ਖੁਰਮੀ ਮੰਗ ਕੀਤੀ ਹੈ ਈਡੀ ਨੇ, ਕਹਿੰਦੇ ਵੀ ਇਹ ਜਿਹੜਾ PMLA ਹੁੰਦਾ ਨਾ ਮਨੀ ਲਾਂਡਰਿੰਗ, ਉਹਦੇ ਤਹਿਤ ਵੀ ਇਹ ਜਿਹੜੇ ਦੋਸ਼ ਨੇ ਉਹ ਤੈਅ ਕੀਤੇ ਜਾਣ। ਵੈਸੇ 8ਵੀਂ ਚਾਰਜਸ਼ੀਟ ਹੈ, ਕੋਈ ਨਵੀਂ ਨਹੀਂ ਹੈ, ਹਾਲ ਤੱਕ 18 ਬੰਦੇ ਫੜੇ ਹੋਏ ਨੇ, ਤੇ ਉਹ ਦੂਜੀ ਬੀਬੀ ਜਿਹੜੀ ਫੜੀ ਹੈ ਕੇ ਕਪਤਾ, ਤੇ ਉਹਦੇ ਨਾਲ ਤਿੰਨ ਚਾਰ ਬੰਦੇ ਹੋਰ, ਉਹਨਾਂ ਦੇ ਵੀ ਚਾਰਜਸ਼ੀਟ ਹੋ ਚੁੱਕੀ ਹੈ। ਵੈਸੇ ਈਡੀ ਹਰ ਰੋਜ਼ ਪੁੱਛਗਿੱਛ ਕਰਦੀ ਹੈ, ਹੁਣ ਕਹਿੰਦੇ ਜਿਹੜੀ ਗ੍ਰਿਫਤਾਰ ਵਾਲੀ ਜਿਹੜੀ ਅਰੈਸਟ ਕੀਤਾ ਸੀ ਜਦੋਂ ਕੇਜਰੀਵਾਲ, ਉਹ ਵੀ ਅਰਜੀ ਪਾਈ ਹੋਈ ਨਾ ਉਹਦੇ ਖਿਲਾਫ ਵੀ ਮੈਨੂੰ ਗਲਤ ਕੀਤਾ ਹੈ, ਉਹ ਕਹਿੰਦੇ ਇਹਦਾ ਫੈਸਲਾ ਅਸੀਂ ਬਾਅਦ ਚ ਕਰਾਂਗੇ, ਰਾਖਵਾਂ ਰੱਖ ਲਿਆ ਸੁਪਰੀਮ ਕੋਰਟ ਨੇ। ਹਾਂ, ਜੇ ਕੋਈ ਇਹਨਾਂ ਨੇ ਪੱਕੀ ਜ਼ਬਾਨ ਚ ਕਰਾਉਣੀ ਹੈ ਤਾਂ ਕੇਜਰੀਵਾਲ ਸਾਹਿਬ ਹੇਠਲੀ ਅਦਾਲਤ ਚ ਜਾ ਸਕਦੇ। ਅਗਲੀ ਖਬਰ ਮੈਂ ਤੁਹਾਨੂੰ ਦੱਸਾਂ, ਇਹ ਖਬਰ ਇਸ ਕਰਕੇ ਥੋੜੀ ਜਿਹੀ ਇੰਪੋਰਟੈਂਟ ਬਣਦੀ ਹੈ, ਇਕੱਲਾ ਇੱਕ ਬੰਦਾ ਹੰਸਰਾਜ ਹੰਸ ਇੱਕ ਕਲਾਕਾਰ, ਉਹ ਹਾਰ ਜਿੱਤ ਦਾ ਕੋਈ ਏਡੀ ਗੱਲ ਨਹੀਂ, ਉਹ ਆਪ ਹੀ ਕਹਿੰਦਾ ਹੈ, ਕਹਿੰਦਾ ਮੈਂ ਤਾਂ ਇੱਕ ਵਾਰੀ ਗੋਲ ਕਰਨਾ ਸੀ ਕਰਤਾ, ਹੁਣ ਚਾਹੇ ਹਾਰਾ ਜਿੱਤਾ ਮੈਨੂੰ ਕੋਈ ਪਰਵਾਹ ਨਹੀਂ। ਇੱਥੇ ਤੱਕ ਤਾਂ ਉਹਦੀ ਗੱਲ ਠੀਕ ਸੀ, ਲੇਕਿਨ ਜਿਹੜੇ ਪਿਛਲੇ ਦਿਨ ਉਹਨੇ ਗੱਲਾਂ ਕਹੀਆਂ ਉਹ ਜ਼ਿਆਦਾ, ਉਹ ਤੇ ਇਉਂ ਲੱਗਦਾ ਕਿ ਕਹੀਆਂ ਨਹੀਂ ਕਹੀਆਂ ਗਈਆਂ ਨੇ, ਜ਼ਿਆਦਾ ਇਉਂ ਨਹੀਂ, ਇੱਕ ਬੰਦਾ ਐਂ ਨਹੀਂ ਕਹਿ ਸਕਦਾ। ਹੁਣ ਇਹ ਕਹਿ ਰਿਹਾ ਸੀ ਕਿ ਇਹਨਾਂ ਨੂੰ ਤਾਂ ਮੈਂ 2 ਜੂਨ ਨੂੰ ਦੇਖੂ ਕਿਹੜੇ ਖੱਬੀ ਖਾਨ ਨੇ ਇਹ, ਕਿਸਾਨ ਆਪਣੇ ਆਪ ਨੂੰ ਸਮਝਦੇ ਨੇ, ਉਹ ਮੈਂ ਤਾਂ ਰੋਕੀ ਬੈਠਾ, ਬਾਬਾ ਜੀਵਨ ਸਿੰਘ ਦੇ ਹੁੰਦਿਆਂ ਸੀ ਰਾਤ, ਮੈਂ ਤਾਂ ਰੋਕੀ ਬੈਠਾ ਇਹਨਾਂ ਨੂੰ, ਮੈਂ ਤਾਂ ਕਰ ਦੂ ਸਿੱਧੇ, ਇਹ 76 ਪੈਣ ਵਾਲੇ ਨੇ ਇਹਨਾਂ ਦੇ, ਮਤਲਬ ਇਸ ਕਿਸਮ ਦੀ ਬੋਲੀ ਉਹ ਵੀ ਇਲੈਕਸ਼ਨ ਚ ਕੋਈ ਬੰਦਾ ਬੋਲੇ, ਤੇ ਤੁਸੀਂ ਦੇਖੋ ਇਹਦੀ ਫਿਰ ਸ਼ਿਕਾਇਤ ਵੀ ਹੋਗੀ। ਤੁਹਾਨੂੰ ਇਹ ਵੀ ਦੱਸਦਾ ਕੀਰਤੀ ਕਿਸਾਨ ਯੂਨੀਅਨ ਨੇ, ਲੋਕ ਰਾਜ ਜਥੇਬੰਦੀ ਨੇ, ਇਹਨਾਂ ਨੇ ਇਹਨਾਂ ਵੱਲੋਂ ਇਹਨਾਂ ਦੇ ਨਾਲ ਬੰਦੇ ਨੇ ਜਿਹੜੇ ਨੇ, ਸਵਰਨ ਸਿੰਘ ਬੋਪਾ ਰਾਏ IAS ਰਹੇ, ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਰਿਹਾ ਡਾਕਟਰ ਮਨਜੀਤ ਸਿੰਘ ਰੰਧਾਵਾ, ਇਹਨਾਂ ਇੱਕ ਈਮੇਲ ਕੀਤੀ ਹੈ, ਇਹ ਕੀ ਕਹੀ ਜਾਂਦਾ, ਇਹਨੂੰ ਹੋਇਆ ਕੀ ਹੈ, ਇਹ ਉਹਨਾਂ ਨੇ ਚਲੋ ਇਹ ਮੇਲ ਕੀਤੀ। ਮੈਂ ਜਿਹੜੀ ਇਸ ਗੱਲ ਨੂੰ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਕਿਹਾ ਸੀ, ਇੱਕ ਨਵੀਂ ਰਣਨੀਤੀ ਅਪਣਾਈ ਹੈ, ਕਿਸਾਨ ਤਾਂ ਵਿਰੋਧ ਕਰ ਰਹੇ ਨੇ, ਇਹ ਵਿਹੜਿਆਂ ਚ ਜਾਂਦੇ ਨੇ, ਆਮ ਆਦਮੀ ਪਾਰਟੀ ਨਾਲੋਂ ਵੱਖਰੀ ਰਣਨੀਤੀ ਇਹ ਹੈ ਕਿ ਇਹ ਜਾ ਕੇ ਇਹ ਤਾਂ ਗਾਉਂਦਾ ਉੱਥੇ ਕੰਬੀਆਂ ਦੇ ਸੰਤਰਾਮ ਉਦਾਸੀ ਨੂੰ ਗਾਉਂਦਾ, ਸੰਤਰਾ ਜਿਹੜਾ ਹੰਸਰਾਜ ਹੰਸ, ਇਹ ਵਿਹੜਿਆਂ ਚ ਜਾ ਕੇ ਇਹ ਖਾਸ ਤੌਰ ਤੇ ਇਹ ਬੰਦੇ ਜਦੋਂ ਜਿਹੜੇ ਰਿਜ਼ਰਵ ਕੈਂਡੀਡੇਟ ਜਾਂਦੇ ਨੇ ਤਾਂ ਉਹ ਵੰਡ ਤਾਂ ਫਿਰ ਇਸ ਕਿਸਮ, ਲੇਕਿਨ ਇਹ ਇੱਥੇ ਤੱਕ ਤਾਂ ਵੰਡ ਠੀਕ ਹੈ, ਲੇਕਿਨ ਜਿਹੜੀ ਅਗਲੀ ਵੰਡ ਹੈ ਉਹ ਜ਼ਿਆਦਾ ਖਤਰਨਾਕ।
ਕਿ ਬਾਬਾ ਜੀਵਨ ਸਿੰਘ ਦੇ ਅਸੀਂ ਇਹ ਕਰ ਦਾਂਗੇ। ਇਹ ਜਿਹੜੀ ਸਮਾਜਿਕ ਵੰਡ ਪਾਉਣ ਦੀ ਗੱਲ ਹੈ, ਧਰੁਵੀਕਰਨ ਇਕੱਲਾ ਇਹ ਨਹੀਂ ਤਾਂ ਹੁਣ ਇਸ ਲੈਵਲ ਤੱਕ, ਪਹਿਲਾਂ ਧਰਮ ਦੇ ਨਾਂ ਤੇ ਹੁਣ ਜਾਤਾਂ ਦੇ ਨਾਂ ਤੇ ਇਹ ਚੋਣ ਜਿੱਤਣ ਲਈ ਕਿਤੇ ਵੀ ਜਾ ਸਕਦੇ ਨੇ। ਇਹ ਖਤਰਨਾਕ ਹੈ, ਇਹਨੂੰ ਸਮਝਣ ਦੀ ਲੋੜ ਹੈ। ਬਾਕੀ ਮੈਂ ਇੱਕ ਹੋਰ ਸਟੇਟਮੈਂਟ ਦੇਖ ਰਿਹਾ ਸੀ, ਖੈਰ ਉਹ ਤਾਂ ਚਲੋ ਗੁੱਸਾ ਤਾਂ ਹੈ ਕਿਸਾਨਾਂ ਚ ਦੀ ਗੱਲ ਸੁਣ ਕੇ। ਨਰਿੰਦਰ ਸਿੰਘ ਲੱਖਣਵਾਲ ਕਹਿੰਦਾ ਤੇਰਾ ਪਿਓ ਮੋਦੀ ਨਹੀਂ ਰੋਕ ਸਕਿਆ ਸਾਨੂੰ, ਤੁਸੀਂ ਕਿੱਥੋਂ ਰੋਕ ਲਓਗੇ? ਤੋ ਇਹ ਤਾਂ ਫਿਰ ਉਹਨਾਂ ਨੇ ਇਹਦੇ ਸਵਾਲ ਉਠਾਏ ਹੰਸਰਾਜ ਹੰਸ। 1 ਕਰੋੜ ਦੀ ਘਰ ਲਈ ਫਿਰਦਾ, 12 ਕਰੋੜ ਦੀ ਕੋਠੀ ਹੈ, ਤੂੰ ਜਾ ਕੇ ਗਰੀਬਾਂ ਚ ਕਹਿਣਾ ਅਸੀਂ ਤੁਹਾਡੇ ਵਰਗੇ ਹੁੰਦੇ ਹਾਂ? ਤੋ ਇਹ ਗੱਲ ਤਾਂ ਫਿਰ ਚੱਲੂਗੀ। ਖੈਰ ਹੁਣ ਆਪਾਂ ਜਿਹੜੀਆਂ ਅਗਲੀਆਂ ਖਬਰਾਂ ਚ ਲੈਣੀਆਂ ਗੱਲਾਂ, ਦੇਖੋ ਹੁਣ ਆਮ ਆਦਮੀ ਪਾਰਟੀ ਤੋਂ ਵੀ ਸਵਾਲ ਪੁੱਛੇ ਜਾਣੇ ਨੇ, ਕਿਸਾਨਾਂ ਨੇ ਕਹਿਤਾ। ਕੱਲ ਉਹਨਾਂ ਨੇ ਬਲਵੀਰ ਸਿੰਘ ਰਾਜੋਵਾਲ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ ਬੈਠੇ ਸੀ, ਕਹਿੰਦੇ ਜੀ ਹੁਣ ਇਹ ਸੁਨੀਲ ਜਾਖੜ ਦਾ ਵੀ ਜਵਾਬ ਦਿੱਤਾ ਉਹਨਾਂ ਨੇ। ਸੁਨੀਲ ਜਾਖੜ ਦਾ ਜਵਾਬ ਬਲਵੀਰ ਸਿੰਘ ਰਾਜੋਵਾਲ ਕਹਿੰਦਾ, ਉਹ ਕਹਿੰਦਾ ਵੀ 14 ਚ 32 ਹਜ਼ਾਰ ਕਰੋੜ ਤੇ ਹੁਣ 70 ਹਜ਼ਾਰ ਕਰੋੜ। ਉਹ ਕਹਿੰਦੇ ਵੀ ਪੁੱਛ ਲਓ ਨਾ ਕਿ ਉਸ ਵੇਲੇ ਡੀਜ਼ਲ 55 ਰੁਪਏ ਸੀ, ਹੁਣ 87 ਰੁਪਏ ਹੈ। ਉਦੋਂ ਸਵਰਾਜ ਟਰੈਕਟਰ ਜਿਹੜਾ 3 ਲੱਖ 3.5 ਲੱਖ ਦਾ ਆ ਜਾਂਦਾ ਸੀ, ਹੁਣ 7.5-8.5 ਲੱਖ ਦਾ ਆਉਂਦਾ, 125% ਵੱਧ ਗਿਆ। ਡੀਜ਼ਲ 87% ਵੱਧ ਗਿਆ। ਤੋ ਕਹਿੰਦੇ ਇਹ ਸਾਨੂੰ ਖਾਦਾਂ ਕੀੜੇ ਮਾਰ ਦਵਾਈਆਂ, ਉਹਨਾਂ ਨੇ ਜਵਾਬ ਦਿੱਤਾ। ਇਹ ਵੀ ਗੱਲ ਕਰਦੇ ਹਾਂ ਆਪਾਂ, ਤੇ ਗੱਲ ਹੈ ਆਪਾਂ ਇੱਕ ਹੋਰ ਵੀ ਕਰਨੀ ਹੈ ਕਿ ਸੁਰਮੀਤ ਸਿੰਘ ਬਾਦਲ ਜਿਹੜੇ ਪ੍ਰੋਵਾਈਡ ਨਹੀਂ ਕਰ ਰਹੇ ਅੱਜ ਕੱਲ੍ਹ, ਵੀ ਕੋਈ ਆਵੇ ਕੋਈ ਜਾਵੇ, ਰਵੀ ਕਾਹਲੋਂ ਆਵੇ ਥਾਪਰ ਜਾਵੇ, ਹਜੇ ਕਦਾ ਕੋਈ ਆ ਗਿਆ ਕੋਈ ਚਲਿਆ ਗਿਆ, ਇਸ ਤਰ੍ਹਾਂ ਆਪਦੇ ਕੰਮ ਚ ਲੱਗੇ ਹੋਏ ਨੇ। ਤੇ ਕੱਲ੍ਹ ਫਿਰ ਉਹ ਨਸਾਣੇ ਜਦੋਂ ਬੋਲ ਰਹੇ ਸੀ ਤੇ ਉਹਨਾਂ ਨੇ ਜਿਹੜੀ ਗੱਲ ਕੀਤੀ, ਕਹਿੰਦੇ ਪੰਜਾਬ ਦਾ ਸ਼ਰਾਬ ਘਟਾਲਾ, ਇਹਦੀ ਵੀ ਜਾਂਚ ਹੋਣੀ ਚਾਹੀਦੀ, ਇਹ ਦਿੱਲੀ ਨਾਲੋਂ ਵੱਡਾ। ਬਾਕੀ ਉਹ RSS ਤੇ ਹੁਣ, ਇਹ ਤਾਂ ਤੁਹਾਨੂੰ ਪਹਿਲਾਂ ਵੀ ਪਤਾ ਸੀ ਜਿਹੜੀ ਗੱਲ ਬਾਦਲ ਸਾਹਿਬ ਤੁਸੀਂ ਹੁਣ ਕਰਦੇ ਹੋ, ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ, ਹਰਿਆਣਾ, ਸਾਰੀਆਂ ਕਮੇਟੀਆਂ ਦੇ RSS ਨੇ ਕਬਜ਼ਾ ਕਰ ਲਿਆ, ਇਹ ਤਾਂ ਪਹਿਲੇ ਪਤਾ ਸੀ। ਤੇ ਕਹਿੰਦੇ ਵੀ ਕਾਂਗਰਸ ਨੇ ਦੰਗੇ ਕਰਾਏ, ਇਹ ਕਬਜ਼ੇ ਕਰੀ ਜਾਂਦਾ, ਅਸੀਂ ਕਿੱਥੇ ਜਾਈਏ? ਕੇਂਦਰੀ ਪਾਰਟੀ ਨੂੰ ਕਮਜ਼ੋਰ ਮਜ਼ਬੂਤ ਕਰੋ। ਖੈਰ ਕਰਦੇ ਗੱਲ, ਇੱਕ ਮਜ਼ਬੂਤ ਜ਼ਰੂਰ ਕੀਤਾ ਹੈ ਹੁਣ ਤੱਕ ਤਾਂ, 2-3 ਜਿਹੜੀਆਂ ਦਲ ਬਦਲੀਆਂ ਹੋਈਆਂ, ਅਕਾਲੀਆਂ ਚੋਂ ਜਿਹੜੇ ਗਏ ਬਾਹਰ, ਚਾਹੇ ਤਨਵੀਰ ਗਿੱਲ ਗਿਆ ਤੇ ਚਾਹੇ ਗਿਆ ਰਵੀ ਕਾਹਲੋਂ, ਉਹਦੇ ਚ ਮਜੀਠੀਆ ਦਾ ਨਾਂ ਜ਼ਰੂਰ ਆਇਆ, ਪਰ ਹੁਣ ਮਜੀਠੀਆ ਦੇ ਦੂਜੇ ਪਾਸੇ ਨਾਂ ਵੀ ਆਇਆ, ਜਿਹੜੇ ਬੰਦੇ ਨੂੰ ਮਜੀਠੀਆ ਲਗਾਤਾਰ ਜਿਹਦੇ ਨਾਲ ਸਿਆਸੀ ਤੌਰ ਤੇ ਲੜਾਈ ਵਿੱਢੀ ਹੋਈ ਸੀ, ਕੱਲ ਉਹਦੇ ਲਾਏ ਪੈਰੀ ਹੱਥ ਲਾਲੀ ਮਜੀਠੀਆ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਉਹ ਅਕਾਲੀ ਦਲ ਚ ਆ ਗਿਆ। ਇਹ ਆਪਾਂ ਅਗਲੀ ਗੱਲ ਕਰਦੇ ਹਾਂ। ਤੇ ਅਕਾਲੀ ਦਲ ਚੋਂ ਇੱਕ ਬਾਹਰ ਚਲਿਆ ਗਿਆ, ਇੱਕ ਆ ਗਿਆ, ਗੁਰਮੀਤ ਸਿੰਘ ਥਾਪਰ ਬਾਹਰ ਚਲਿਆ ਗਿਆ। ਭਾਈ ਗਰਮੀ ਬਹੁਤ ਵੱਧ ਚੁੱਕੀ ਹੈ, ਗਰਮੀ ਦੇ 12,500 ਮੈਗਾਵਾਟ ਦੀ ਮੰਗ ਹੈ ਹੁਣ ਬਿਜਲੀ ਦੀ, ਤੇ ਪਾਰਾ ਤਾਂ ਹੋਰ ਵਧਣਾ, 47 ਤੱਕ ਜਾਣਾ, ਤੇ ਬਹੁਤ ਮੰਗ ਹੋ ਜਾਣੀ ਹੈ। ਕਿੱਥੋਂ ਪੈਸਾ, ਕਿੱਥੋਂ ਬਾਹਰੋਂ ਖਰੀਦੀ ਜਾਊਗੀ, ਕਿਵੇਂ ਖਰੀਦਣਾ? ਪਿੰਡਾਂ ਵਾਲੇ ਤਾਂ ਕਹਿੰਦੇ ਨੇ ਜੀ ਹੁਣ ਹੀ ਕੱਟ, ਇੰਨੇ ਕੱਟ ਐਲਾਨ ਨਹੀਂ ਕੀਤਾ ਗਿਆ, ਲੱਗਣੇ ਸ਼ੁਰੂ ਹੋ ਗਏ। ਇਹਦੀ ਵੀ ਗੱਲ ਕਰ ਲਈ, ਇਹਦੇ ਆਪਾਂ ਨੈਸ਼ਨਲ ਖਬਰ ਲੈਣੀ ਹੈ। ਬੀਬੀ ਸੋਨੀਆ ਗਾਂਧੀ ਕੱਲ ਰਾਏਬਰੇਲੀ ਸੀ, ਬੜੀ ਭਾਵੁਕ ਅਪੀਲ ਕੀਤੀ ਹੈ, ਕਹਿੰਦੀ ਮੈਂ ਆਪਣਾ ਪੁੱਤ ਤੁਹਾਨੂੰ ਸੌਂਪ ਰਹੀ ਹਾਂ, ਤੇ ਪੁੱਤ ਤਾਂ ਕਹਿੰਦਾ ਮੈਂ ਦੇਸ਼ ਦਾ, ਪਰ ਇਹ ਕਹਿੰਦੇ ਰਾਏਬਰੇਲੀ ਦਾ, ਤੇ ਅਮਰੀਠੀ ਵੀ ਕਹਿੰਦੀ ਮੇਰਾ ਘਰ ਹੈ, ਇਹ ਵੀ ਗੱਲ ਕਰਾਂਗੇ। ਇੱਕ ਵੀਡੀਓ, ਇੱਕ ਖਬਰ ਬਣੀ ਹੈ ਵੀਡੀਓ ਵਾਇਰਲ ਹੋ ਰਹੀ ਹੈ, ਕੀ ਤਸਵੀਰ ਵਾਇਰਲ ਹੋ ਰਹੀ ਹੈ, ਕਹਿੰਦੇ ਜੀ ਜਿਹੜੀ ਮੋਦੀ ਸਾਹਿਬ ਤਖ਼ਤ ਸ੍ਰੀ ਪਟਨਾ ਸਾਹਿਬ ਜਦੋਂ ਲੰਗਰ ਵਰਤਾ ਰਹੇ ਸੀ, ਉਹ ਬਾਲਟੀ ਖਾਲੀ ਸੀ, ਤੇ ਨਾਲ ਫਿਰ ਵਿਰੋਧੀਆਂ ਨੇ ਜੋੜਨਾ ਹੀ ਸੀ, ਜੋੜਤਾ, ਕਹਿੰਦੇ ਪਿਛਲੇ 10 ਸਾਲ ਤੋਂ ਆਹੀ ਕੁਛ ਹੋ ਰਿਹਾ,
ਖਾਲੀ ਬਾਲਟੀਆਂ 'ਚ ਲੰਗਰ ਵਰਤਾਇਆ ਜਾ ਰਿਹਾ, ਕਹਿੰਦੇ ਹੁੰਦੇ ਨੇ। ਕਨ੍ਹੱਈਆ ਕੁਮਾਰ ਬਹੁਤ ਵਧੀਆ ਸਪੀਕਰ ਹੈ, ਯੂਨੀਵਰਸਿਟੀ 'ਚੋਂ ਸਿੱਧਾ ਪੋਲਿਟਿਕ 'ਚ ਆਇਆ, ਪਹਿਲਾਂ ਲੈਫਟ ਸੀ ਕਾਂਗਰਸ 'ਚ, ਕਾਂਗਰਸ ਨੇ ਟਿਕਟ ਦਿੱਤੀ ਹੋਈ ਹੈ। ਤੇ ਕੱਲ ਇੱਕ ਦੋ ਬੰਦੇ ਉੱਠੇ ਕਹਿੰਦੇ ਹਾਰ ਪਾਉਣਾ, ਜਦੋਂ ਹਾਰ ਪਾਉਣ ਲੱਗੇ ਮਾਰਿਆ ਥੱਪੜ ਉਹਦੇ, ਤੇ ਉਦੋਂ ਬਾਅਦ ਖੈਰ ਇਹਨਾਂ ਦੇ ਸਪੋਰਟਰਾਂ ਨੇ ਵੀ ਕੁੱਟਿਆ ਕਾਂਗਰਸੀਆਂ ਨੇ। ਤੇ ਉਦੋਂ ਬਾਅਦ ਮੈਂ ਦੇਖ ਰਿਹਾ ਸੀ ਇੱਕ ਵੀਡੀਓ, ਹਾਲਾਂ ਉਮਰ ਵੀ ਉਹੀ ਜਿਹੀ ਹੈ, ਥਾਪੀਆਂ ਮਾਰ ਰਿਹਾ ਸੀ ਜਿਹੜਾ ਟਰੈਕ 295 ਲਾ ਕੇ ਸਿੱਧੂ ਮੂਸੇਵਾਲੇ ਦਾ, ਤੇ ਉਹ ਵੀ ਖਬਰ ਲੈਂਦੇ ਹਾਂ। ਖਬਰ ਪਹਿਲੇ ਦਰਸ਼ਕੋ, ਪਰਮਪਾਲ ਕੌਰ ਸਿੱਧੂ ਬਠਿੰਡੇ ਤੋਂ ਲੜ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ। ਉਹਨਾਂ ਦੇ ਸਹੁਰਾ ਸਾਹਿਬ ਸਿਕੰਦਰ ਸਿੰਘ ਮਲੂਕਾ, ਉਹਨਾਂ ਨੇ ਛੱਡੀ ਨੀ ਪਾਰਟੀ, ਅਕਾਲੀ ਦਲ ਨੇ ਛੱਡਿਆ, ਲੇਕਿਨ ਅਕਾਲੀ ਦਲ ਦੇ ਨਾਲ ਵੀ ਨਹੀਂ। ਤੇ ਕੱਲ ਜਦੋਂ ਪੁੱਛਿਆ ਪਰਮਪਾਲ ਕੌਰ ਸਿੱਧੂ ਨੂੰ ਕਿ ਉਹ ਕਿਹਦੀ ਮਦਦ ਕਰਨਗੇ, ਉਹ ਕਹਿੰਦੀ ਸਾਡੇ ਪਿਤਾ ਨੇ ਸਾਡੀ ਮਦਦ ਕਰਨਗੇ। ਤੇ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਨੇ ਲੱਗਦਾ ਕਿ ਆਪਣੀ ਸਟ੍ਰੈਟਜੀ ਬਿਲਕੁਲ ਡਿਫਰੈਂਟ ਬਣਾ ਲਈ, ਉਹ ਨਾ ਭਾਰਤੀ ਜਨਤਾ ਪਾਰਟੀ ਤੇ ਨਾ ਅਕਾਲੀ ਦਲ ਦੀ ਕਿਸੇ ਦੀ ਵੀ ਨਹੀਂ ਕਰ ਰਹੇ, ਆਪਦੇ ਬੱਚਿਆਂ ਦੇ ਵਿਰੋਧ ਚ ਜਾ ਨਹੀਂ ਸਕਦੇ। ਤੇ ਇਸ ਕਰਕੇ ਉਹਨਾਂ ਨੇ ਦੁਬਈ ਜਾਣਾ ਠੀਕ ਸਮਝਿਆ ਵੀ ਜਾਓ ਨਾਲੇ ਛੁੱਟੀਆਂ ਕੱਟੋ ਤੇ ਦੁਬਈ ਚਲੇ ਗਏ। ਤੇ ਹੁਣ ਮਲੂਕਾ ਸਾਹਿਬ ਜਿਹੜੇ ਨੇ ਉਹ ਗੈਰ ਹਾਜ਼ਰ ਨੇ, ਨਾ ਉਹ ਨੂੰਹ ਦੀ ਮਦਦ ਕਰ ਰਹੇ ਨੇ, ਨਾ ਹੀ ਉਹ ਆਪਣੀ ਪਾਰਟੀ ਦੀ ਮਦਦ ਕਰ ਰਹੇ ਨੇ। ਯਾਨੀ ਇਸ ਤਰ੍ਹਾਂ ਵੈਸੇ ਪਾਰਟੀ ਨਾਲ ਮਨ ਮੁਟਾਵ ਕੋ ਪਹਿਲੀ ਵਾਰ ਤੋਂ ਪਹਿਲਾਂ ਵੀ ਆਪਾਂ ਦੇਖਿਆ ਸੀ, ਉਦੋਂ ਵੀ ਸੀ। ਖੈਰ ਇਹ ਗੱਲ ਬੜੀ ਕਲੀਅਰ ਹੈ ਕਿ ਜਿਹੜੇ ਮਨ ਮੁਟਾਵ ਵਾਲੇ ਸਿਲਸਿਲੇ ਵਿੱਚ ਸੁਖਬੀਰ ਸਿੰਘ ਬਾਦਲ ਉਵੇਂ ਕਾਮਯਾਬ ਨਹੀਂ ਹੋਏ ਜਿਵੇਂ ਪ੍ਰਕਾਸ਼ ਸਿੰਘ ਬਾਦਲ ਮਨਾ ਲੈਂਦੇ ਸੀ ਲੋਕਾਂ ਨੂੰ, ਇਹ ਨਹੀਂ ਮਨਾਉਣ ਚ ਕਾਮਯਾਬ ਹੋਏ, ਨਾ ਇਹ ਸੁਖਬੀਰ ਸਿੰਘ ਢੀਂਡਸਾ ਨੂੰ ਮਨਾ ਸਕੇ ਤੇ ਨਾ ਹੀ ਇਹ ਮਲੂਕਾ ਨੂੰ ਮਨਾ ਸਕੇ। ਉਹ ਇਹ ਬੰਦੇ ਛੱਡ ਛੱਡ ਕੇ ਜਾ ਰਹੇ ਨੇ। ਇਹ ਸੁਖਬੀਰ ਸਿੰਘ ਬਾਦਲ ਨੂੰ ਸੋਚਣਾ ਚਾਹੀਦਾ ਹੈ ਕਿ ਉਹਦੀ ਪ੍ਰਧਾਨਗੀ ਦੇ ਵਿੱਚ ਕੀ ਹੋ ਰਿਹਾ। ਹੁਣ ਆਪਾਂ ਅਗਲੀ ਖਬਰ ਦੀ ਗੱਲ ਕਰੀਏ। ਵੈਸੇ ਜਿਹੜਾ ਕੇਂਦਰ ਹੈ ਨਾ, ਉਹ ਇਹ ਕਹਿੰਦਾ ਹੈ ਕਿ ਅਸੀਂ ਜਿਹੜਾ, ਕਿਉਂਕਿ ਉਹਨਾਂ ਨੇ 80 ਕਰੋੜ ਲੋਕਾਂ ਨੂੰ 82 ਕਰੋੜ ਲੋਕਾਂ ਨੂੰ ਅਨਾਜ ਦੇਣਾ ਹੁੰਦਾ, ਇਸ ਲਈ ਉਹਨਾਂ ਨੂੰ ਸਟਾਕ ਦੀ ਬਹੁਤ ਜ਼ਰੂਰੀ ਹੈ। ਤੇ ਹੁਣ ਇਸ ਦੇ ਬਾਵਜੂਦ ਕਿ ਪੰਜਾਬ ਨੇ ਜਿਹੜਾ ਬਫਰ ਸਟਾਕ ਆ ਵਿੱਚ 48% ਹਿੱਸਾ ਪਾਇਆ ਇਸ ਵਾਰ, ਤੇ ਲੇਕਿਨ ਜਿੰਨੀ ਕਣਕ ਉਹ ਚਾਹੁੰਦੇ ਉਹਨੇ ਨਹੀਂ ਮਿਲੀ। ਵੈਸੇ ਇਹ ਆਪਣੇ ਆਪ ਦੇ ਵਿੱਚ ਯਾਨੀ ਵੱਡੀ ਗੱਲ ਹੈ ਨਾ, ਇੱਕ ਛੋਟੀ ਜਿਹੀ ਸਟੇਟ 122 ਲੱਖ ਮੀਟਰਿਕ ਟਨ ਕਣਕ ਖਰੀਦ ਹੋ ਚੁੱਕੀ ਹੈ ਪੰਜਾਬ ਚੋਂ, ਤੇ ਤੁਸੀਂ ਇਹ ਦੇਖ ਲਓ। ਤੇ ਲੇਕਿਨ ਪੰਜਾਬ ਦੀ ਬਾਂਹ ਵੀ ਤਾਂ ਫੜ ਲਓ, ਪੰਜਾਬ ਨੂੰ ਕੋਈ ਸਪੈਸ਼ਲ ਪੈਕੇਜ ਵੀ ਦੇ ਦਿਓ। ਤੁਹਾਨੂੰ 1.5-2% ਆਬਾਦੀ ਤੇ 48% ਤੁਹਾਨੂੰ ਦੇ ਰਹੇ ਹੈ, ਤੇ ਤੁਹਾਡੇ ਲਈ ਅਸੀਂ, ਤੇ ਜਿਹੜਾ ਹੈ ਪੰਜਾਬ ਦਾ ਕਿਸਾਨ ਲੱਗਿਆ ਹੋਇਆ ਉਹਨੂੰ ਉਹਦਾ ਆਪਦਾ ਪਾਣੀ ਜਿਹੜਾ ਹੈ ਉਹ ਦੇ ਰਿਹਾ, ਤੇ ਦਵਾਈਆਂ ਨਾਲ ਆਪਣੀ ਜ਼ਮੀਨ ਨੂੰ ਬਿਮਾਰ ਕਰ ਰਿਹਾ। ਕੁਛ ਨਾ ਕੁਛ ਸਪੈਸ਼ਲ ਦੇਣਾ ਚਾਹੀਦਾ, ਪਰ ਸਰਕਾਰਾਂ ਨਹੀਂ ਸੋਚ ਰਹੀਆਂ ਇਸ ਪਾਸੇ। ਮੈਂ ਤੁਹਾਨੂੰ ਇੱਕ ਗੱਲ ਪਿਛਲੇ ਹਿੱਸੇ 'ਚ ਕਹੀ ਸੀ, ਖਾਸ ਤੌਰ 'ਤੇ ਮਾਨ ਸਾਹਿਬ ਨੂੰ ਫੀਡਬੈਕ ਦਿੱਤੀ ਸੀ ਕਿ ਤੁਹਾਡੀ ਜਿਹੜੇ ਇਹ ਪ੍ਰਚਾਰ ਹੈ ਨਾ, ਇਹਦਾ ਉਲਟਾ ਅਸਰ ਵੀ ਪੈ ਰਿਹਾ, ਖਾਸ ਤੌਰ 'ਤੇ ਜਦੋਂ ਆਮ ਆਦਮੀ ਨੂੰ ਦਿੱਕਤਾਂ ਆਉਂਦੀਆਂ ਨੇ ਤੁਹਾਡੇ ਰੋਡ ਸ਼ੋਅ ਨਾਲ। ਇਕੱਲੇ ਮਾਨ ਸਾਹਿਬ ਦੇ ਰੋਡ ਸ਼ੋਅ ਨਾਲ ਇਸ ਕਰਕੇ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਸਿਕਿਉਰਿਟੀ ਦੇ ਐਂਗਲ ਤੋਂ ਪਹਿਲਾਂ ਇਹਨਾਂ ਨੂੰ, ਲੋਕਾਂ ਨੂੰ ਉੱਥੇ ਰਸਤੇ ਬੰਦ ਕਰ ਦਿੱਤੇ ਜਾਂਦੇ ਨੇ,
ਜ਼ਿਆਦਾ ਲੋਕਾਂ ਨੂੰ ਘੁੰਮ ਕੇ ਆਉਣਾ ਪੈਂਦਾ ਜਾਂ 2-2.5 ਘੰਟੇ 3 ਘੰਟੇ ਉਡੀਕਣਾ ਪੈਂਦਾ। ਇਸ ਕਰਕੇ ਲੋਕ ਅੰਦਰੋਂ ਅੰਦਰ ਬਹੁਤ ਦੁਖੀ ਨੇ, ਸਾਨੂੰ ਫੋਨ ਕਰਕੇ ਉਹ ਦੱਸਦੇ ਵੀ ਨੇ। ਤੇ ਦੂਜੇ ਪਾਸੇ ਉਹ ਲੋਕ ਵੀ ਇਹਨਾਂ ਤੋਂ ਦੁਖੀ ਨੇ ਜਿਨ੍ਹਾਂ ਨੂੰ ਜਦੋਂ ਇਹ ਆਉਂਦੇ ਨੇ ਤੇ ਉਦੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਖਾਸ ਤੌਰ ਤੇ ਜਿਹੜੀਆਂ ਯੂਨੀਅਨਾਂ, ਜਿਹੜੀਆਂ ਟ੍ਰੇਡ ਯੂਨੀਅਨਾਂ ਲੱਗੀਆਂ ਨੇ ਆਪਣੀਆਂ ਮੰਗਾਂ ਦੇ ਲਈ ਸੰਘਰਸ਼ ਕਰਨ, ਉਹ ਕਾਲੀਆਂ ਝੰਡੀਆਂ ਨਾਲ ਦਿਖਾ ਦੇਣ, ਇਸ ਕਰਕੇ ਉਹਨਾਂ ਨੂੰ ਫੜ ਲਿਆ ਜਾਂਦਾ। ਜਿਵੇਂ ਹੁਣ ਪਿੱਛੇ ਜੇ ਕੰਪਿਊਟਰ ਦੇ ਫੜ ਲਏ ਜਦੋਂ ਅੰਮ੍ਰਿਤਸਰ ਗਏ ਸੀ, ਤਾਂ ਮਤਲਬ ਇਹ ਇਸ ਤਰ੍ਹਾਂ ਹੀ ਹੁੰਦਾ। ਜਾਂ ਜਿਵੇਂ ਹੁਣ ਜਦੋਂ ਮਖੇਰੀਆਂ ਗਏ ਨੇ ਉੱਥੇ, ਆਹ ਕੱਲ੍ਹ ਦੇ ਜਿਹਦਾ ਮੈਂ ਟਾਂਡਾ ਆਊਟਪੁੱਟ ਦੀ ਗੱਲ ਕੀਤੀ ਹੈ, ਉੱਥੇ ਜਿਹੜੀ ਓਲਡ ਪੈਨਸ਼ਨ ਸਕੀਮਾਂ ਨੇ ਉਹਨਾਂ ਨੂੰ ਥਾਣੇ 'ਚ ਫੜ ਕੇ ਬਿਠਾ ਦਿੱਤਾ। ਤੁਸੀਂ ਹੁਣ ਵਾਅਦਾ ਕੀਤਾ ਹੈ ਤਾਂ ਓਲਡ ਪੈਨਸ਼ਨ ਸਕੀਮ ਦਾ ਤੁਸੀਂ ਕੁਛ ਦਿੰਦੇ ਨਹੀਂ। ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਪੈਨਸ਼ਨ ਸਕੀਮ ਓਲਡ ਛੱਡੋ, ਇਹ ਜਿਹੜੇ ਪੈਨਸ਼ਨ ਪੈਨਸ਼ਨਰ ਦੇ ਉਹਨਾਂ ਨੂੰ ਮਿਲਦੀ। ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੇ ਪੈਨਸ਼ਨਰ ਨੇ ਆਪਣੀ ਜਨਰਲ ਬੋਡੀ ਕੀਤੀ ਤੇ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਕਿਹਾ ਕਿ ਭਾਈ ਯੂਨੀਵਰਸਿਟੀ ਦੇ ਟੀਚਰਸ ਨੇ 600-700 ਉਹਨਾਂ ਦੀ ਪੈਨਸ਼ਨ ਰੁਕੀ ਪਈ ਹੈ ਦਿਓ, ਤੇ ਪੰਜਾਬ ਸਰਕਾਰ ਕਹਿੰਦੀ ਸੀ ਗ੍ਰਾਂਟ ਦੇਤੀ। ਤੋ ਇਹ ਸਾਰਾ ਕੁਛ ਚੱਲ ਰਿਹਾ ਹੈ ਤੁਹਾਡੇ ਜਦੋਂ ਹੁੰਦੇ ਹੈ। ਬਾਕੀ ਜਿਹੜਾ ਮਾਨ ਸਾਹਿਬ ਬਿਆਨ ਦੇ ਦਿੰਦੇ ਨੇ ਉਹਦਾ ਫਿਰ ਅਸਰ ਬਹੁਤ ਪੈਂਦਾ, ਮੁੱਖ ਮੰਤਰੀ ਨੇ ਬਿਆਨ ਦੇਣਾ ਹੁੰਦਾ ਪਰ ਬਹੁਤ ਵਾਰ ਬਿਆਨ ਤੇ ਪੂਰੇ ਨਹੀਂ ਉਤਰਦੇ ਤੇ ਫਿਰ ਲੋਕਾਂ ਚ ਇਹਦਾ ਬਹੁਤ ਗਲਤ ਅਸਰ ਹੁੰਦਾ। ਜਿਵੇਂ ਸਭ ਤੋਂ ਪਹਿਲਾਂ ਬਿਆਨ ਮਾਨਸਾ ਚ ਦਿੱਤਾ, ਧਾੜੀਆਂ ਮਰਵਾਉਣ ਲਈ ਤਾਂ ਬਹੁਤ ਵਧੀਆ ਬਿਆਨ ਹੈ ਭਾਈ ਜੀ, ਅਸੀਂ ਜਦੋਂ ਆ ਗਏ ਗੁਰਦਾਵਰੀਆਂ ਹੁੰਦੀਆਂ ਰਹਿਣਗੀਆਂ, ਅਸੀਂ ਪਹਿਲਾਂ ਮੁਆਵਜ਼ਾ ਦੇਵਾਂਗੇ। ਪਹਿਲੀ ਤਾਂ ਗੱਲ ਹੈ ਕਿ ਕੋਈ ਮੁੱਖ ਮੰਤਰੀ ਨੂੰ ਕਹਿਣੀ ਚਾਹੀਦਾ ਕਿ ਮੁਆਵਜ਼ਾ ਗੁਰਦਾਵਰੀ ਤੋਂ ਬਿਨਾਂ, ਉੱਥੇ ਗੁਰਦਾਵਰੀਆਂ ਤੋਂ ਬਾਅਦ ਨਹੀਂ ਮੁਆਵਜ਼ਾ ਮਿਲਦਾ, ਲੋਕ ਫਿਰ ਮਜ਼ਾਕ ਉਡਾਉਂਦੇ ਨੇ। ਆ ਹੁਣ ਤੁਹਾਡੇ ਯਾਦ ਹੋ 6 ਫਰਵਰੀ ਨੂੰ ਡੇਰਾ ਬਸੀ ਗਏ ਸੀ, ਉੱਥੇ ਇੱਕ ਪਿੰਡ ਚ ਇਹਨਾਂ ਨੇ ਐਲਾਨ ਕਰ ਬੜੀਆਂ ਤਾੜੀਆਂ ਵੱਜੀਆਂ ਸੀ। ਉਦੋਂ ਕਹਿੰਦੇ ਜੀ ਹੁਣ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਸੁਣਾ ਰਿਹਾ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਦੋਂ ਤੁਸੀਂ ਰਜਿਸਟਰੀ ਕਰਾਉਣੀ ਹੈ ਕੋਈ NOC ਦੀ ਲੋੜ ਨਹੀਂ। ਲੋਕ ਬੜੇ ਖੁਸ਼ ਹੋਏ ਵੀ ਆਹ ਤਾਂ ਕਮਾਲ ਹੋ ਗਈ, ਤੇ ਕਿਉਂਕਿ ਬਹੁਤ ਸਾਰੀਆਂ ਕਲੋਨੀਆਂ ਆਧਾਰ ਜਿਹੜੇ ਅਧਿਕਾਰਤ ਨੇ ਉਹਨਾਂ ਕਿਤੇ ਵੀ NOC ਦੀ ਉਹ ਕਦੇ ਲੋੜ ਨਹੀਂ। ਹੁਣ ਜਦੋਂ ਲੋਕ ਰਜਿਸਟਰ ਕਰਾਉਣ ਜਾਂਦੇ ਨੇ NOC ਦੀ ਮੰਗ ਕਰਦੇ ਨੇ, ਤੇ ਹੁਣ ਮਾਨ ਸਾਹਿਬ ਦਾ ਬਿਆਨ ਹੈ ਉਹਦਾ ਕੋਈ ਪੂਰਾ ਨਹੀਂ ਉਤਰਦੇ, ਤੇ ਲੋਕ ਹੁਣ ਫਿਰ ਜਿਹੜੀ ਇਲੈਕਸ਼ਨ ਚ ਯਾਦ ਤਾਂ ਕਰਨਗੇ, ਉਹ ਯਾਦ ਕਰ ਰਹੇ ਨੇ। ਸੋ ਇਸ ਕਰਕੇ ਸੋਚ ਕੇ ਜਿਹੜੀ ਗੱਲ ਕਰਦੇ ਤਾਂ ਬਹੁਤ ਵਧੀਆ ਹੋਣਾ ਚਾਹੀਦਾ ਸੀ। ਖੈਰ ਆਪਾਂ ਗੱਲ ਕਰ ਰਹੇ ਸੀ ਪਿਛਲੇ ਹਿੱਸੇ ਚ ਕਿ ਦਿੱਲੀ ਦੇ ਵਿੱਚ ਇੱਕ ਨੌਜਵਾਨ ਖੜਾ ਕੀਤਾ ਕਾਂਗਰਸ ਨੇ, ਕਨ੍ਹੱਈਆ ਕੁਮਾਰ, ਵਧੀਆ ਸਪੀਕਰ ਹੈ, ਵਧੀਆ ਓਰੇਟਰ ਹੋਣ ਕਰਕੇ ਉਹ ਅਸਲ ਕਾਂਗਰਸ ਚ ਸ਼ਾਮਿਲ ਹੋਇਆ। ਵੈਸੇ ਤਾਂ ਉਹ ਲੈਫਟ ਸੀ, ਖੱਬੇ ਪੱਕੀ ਸੀ, ਤੇ ਕੱਲ ਉਹਦੇ ਨਾਲ ਉਵੇਂ ਹੋਈ ਜਿਵੇਂ ਸ਼ੁਰੂ ਸ਼ੁਰੂ ਚ ਕਈ ਵਾਰ ਹੋਈ ਸੀ ਕੇਜਰੀਵਾਲ ਨਾਲ। ਬੰਦਾ ਗਿਆ, ਦੋ ਗੱਲਾਂ ਕਰਦੇ, ਜਾਂ ਤਾਂ ਸ਼ਾਹੀ ਛੱਡਦੇ ਹੁੰਦੇ ਨੇ ਮੂੰਹ ਤੇ ਤੇ ਜਾਂ ਥੱਪੜ ਮਾਰਦੇ ਨੇ, ਤਾਂ ਇਹ ਦੋ ਬੰਦੇ ਗਏ ਹਾਰ ਪਾਉਣਾ ਜੀ ਕਹਿੰਦੇ ਜੋ ਚੋਣ ਪ੍ਰਚਾਰ ਦੇ ਰਹਿਣ, ਤੇ ਮਾਰਿਆ ਥੱਪੜ ਘਨੱਈਆ ਦੇ। ਹਾਲਾਂਕਿ ਉਹ ਬੰਦੇ ਫੜੇ ਗਏ, ਉਦੋਂ ਬਾਅਦ ਕੁੱਟੇ, ਪਤਾ ਇਹ ਵੀ ਲੱਗਿਆ ਕਿ ਪਹਿਲਾਂ ਵੀ ਇਹੋ ਜਿਹਾ ਕੁਛ ਕਰਦੇ ਉਹਨਾਂ ਦੇ ਕੇਸ ਸੀ, ਤੇ ਭੇਜੇ ਉਹਨੇ ਕਿਸੇ ਨੇ। ਤੇ ਉਦੋਂ ਬਾਅਦ ਮੈਂ ਇਹਦਾ ਇੱਕ ਗਾਣਾ ਦੇਖ ਰਿਹਾ ਸੀ ਘਨੱਈਆ ਦਾ, ਫਿਰ ਤਾਂ ਸਿੱਧੂ ਮੂਸੇਵਾਲਾ ਇੰਨਾ ਪਾਪੂਲਰ ਹੈ, ਉਹ ਪੰਜਾਬੀ ਸਿੰਗਰ ਨੂੰ ਇਸ ਤਰੀਕੇ ਨਾਲ ਥਾਪੀਆਂ ਮਾਰ ਰਿਹਾ, ਗਾਣਾ ਗਾ ਰਿਹਾ, ਟਰੈਕ 295। ਤੋ ਇਹ ਸਿਆਸਤ ਹੈ, ਪਹਿਲਾਂ ਮਾਨ ਸਾਹਿਬ ਵੀ ਇਹੋ ਜਿਹਾ ਕੁਛ ਕਰਦੇ ਰਹੇ ਨੇ, ਦੱਬਣ ਨੂੰ ਫਿਰਦੇ ਨੇ, ਤੇਰਾ ਜੱਗ ਦੱਬਦਾ ਕਿੱਥੇ ਹੈ।
ਬਿਲਕੁਲ ਉਸ ਤਰ੍ਹਾਂ ਦੀ ਗੱਲ। ਤੇ ਖੈਰ ਇੱਕ ਤਸਵੀਰ ਜਿਹੜੀ ਵਾਇਰਲ ਹੋਈ ਆ ਉਹਦਾ ਮੈਂ ਜ਼ਿਕਰ ਕੀਤਾ ਸੀ ਕਿ ਮੋਦੀ ਸਾਹਿਬ ਜਦੋਂ ਬਿਹਾਰ ਗਏ, ਪਟਨਾ ਸਾਹਿਬ ਗਏ, ਸ੍ਰੀ ਹਰਿਮੰਦਰ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ, ਤੇ ਉੱਥੇ ਉਹਨਾਂ ਨੇ ਮੱਥਾ ਟੇਕਿਆ। ਔਰ ਆਪਾਂ ਦੇਖਿਆ ਨਾ ਸਿਰਫ ਮੱਥਾ ਟੇਕਿਆ, ਉਸ ਤੋਂ ਬਾਅਦ ਉਹਨਾਂ ਨੇ ਲੰਗਰ ਬਣਾਇਆ। ਵੈਸੇ ਲੰਗਰ ਚ ਵੀ ਮੈਨੂੰ ਵੀ ਲੱਗਿਆ ਸੀ ਕਿ ਇੰਨੇ ਲੋਕਾਂ ਨੇ ਲੰਗਰ ਖਾਣਾ, ਇੱਥੇ ਤਾਂ ਥੋੜੀ ਜਿਹੀ ਦਾਲ ਹੈ, ਪਰ ਉਹਦੇ ਚ ਇਹ ਪਤਾ ਨੀ ਕੜਾਈ ਮਾਰਨ ਨੂੰ ਵੀ ਥੋਕਾ ਪੈ ਨਾ ਜਾਵੇ ਮੋਦੀ ਸਾਹਿਬ ਤੇ। ਚਲੋ ਉਹ ਹੋ ਗਿਆ, ਫੋਟੋ ਖਿਚਾਉਣੀ ਹੈ, ਫਿਰ ਜਿਹੜਾ ਹੈ ਉਹ ਲੰਗਰ ਵਰਤਾਉਂਦੇ ਦੇਖੇ ਗਏ। ਹੁਣ ਮੈਂ ਨੀ ਦੇਖੀ ਬਾਲਟੀ ਜਿਹਦੇ ਬਾਰੇ ਕਹਿੰਦੇ ਨੇ ਕਿ ਖਾਲੀ ਬਾਲਟੀ ਵਰਤਾ ਰਹੇ ਸੀ, ਪਰ ਮੈਨੂੰ ਲੱਗਦਾ ਵੀ ਖਾਲੀ ਹੋਊ, ਪਰ ਵਿਰੋਧੀਆਂ ਨੂੰ ਤਾਂ ਮੌਕਾ ਮਿਲਣਾ ਚਾਹੀਦਾ। ਉਹ ਕਹਿੰਦੇ ਜੀ ਇਹ ਤਾਂ ਫੋਟੋਜੈਨਿਕ ਸਾਰੀ ਨੌਟੰਕੀ ਹੈ, ਇਹ ਹੋ ਸਕਦਾ ਹੈ, ਇਹਦੇ ਚ ਕੋਈ ਦੌਰਾ ਬਣੇ। ਚਲੋ ਫੋਟੋ ਖਿਚਾਉਣ ਤੇ ਬਹੁਤ ਕੁਛ ਕਰਦੇ ਨੇ, ਲੇਕਿਨ ਉਹਨਾਂ ਦਾ ਵਿਅੰਗ ਹੈ ਵੀ 10 ਵਰਿਆਂ ਤੋਂ ਖਾਲੀ ਬਾਲਟੀ ਵਰਤਾ ਰਹੇ ਨੇ। ਲੇਕਿਨ ਜਿਹੜੀ ਨੌਟੰਕੀ ਵਾਲੀ ਗੱਲ, ਉਹ ਤਾਂ ਜੇ ਇਹ ਕੇਦਾਰਨਾਥ ਉੱਚੇ ਮੰਦਰ ਚ ਜਾ ਕੇ ਬੈਠਦੇ ਨੇ ਇੰਨੀ ਉਚਾਈ ਤੇ ਅੱਖਾਂ ਮੀਚ ਕੇ, ਤੇ ਕੈਮਰਾ ਨਾਲ ਹੀ ਹੈ, ਜੇ ਸਮੁੰਦਰ ਚ ਜਾਂਦੇ ਨੇ ਤੇ ਕੈਮਰਾ ਨਾਲ ਹੀ ਜਾਂਦਾ ਨਾ, ਉਹ ਭਗਤੀ ਥੋੜੀ ਕਰ ਜਾਂਦਾ, ਫੋਟੋ ਖਿਚਾਉਣ ਹੀ ਜਾਂਦੇ ਹੁੰਦੇ ਨੇ। ਖੈਰ ਆਪਾਂ ਅੱਗੇ ਵਧੀਏ, ਜੇ ਮੋਦੀ ਸਾਹਿਬ ਦੀ ਗੱਲ ਕੀਤੀ ਹੈ, ਸੋਨੀਆ ਗਾਂਧੀ ਦੀ ਵੀ ਕਰਨੀ ਪੜਦੀ ਹੈ। ਸੋਨੀਆ ਗਾਂਧੀ ਕਹਿੰਦੀ ਮੇਰਾ ਪੁੱਤ ਜਿਹੜਾ ਹੈ ਨਾ ਰਾਹੁਲ ਗਾਂਧੀ, ਮਾਂ ਲਈ ਤਾਂ ਪੁੱਤ ਹੈ, ਲੋਕਾਂ ਲਈ ਲੀਡਰ ਹੋਊਗਾ, ਕਹਿੰਦੀ ਮੈਂ ਆਪਦਾ ਪੁੱਤ ਰਾਏਬਰੇਲੀ ਨੂੰ ਸੌਂਪਤਾ। ਦੇਖੋ ਕਿਆ ਭਾਵਕ ਅਪੀਲ ਹੈ, ਤੋ ਕਿਉਂਕਿ ਸੋਨੀਆ ਗਾਂਧੀ ਉੱਥੋਂ ਜਿੱਤੀ ਰਹੀ ਹੈ, ਹੁਣ ਤਰਾਸ ਸਾਹਿਬ ਵਿੱਚ ਗਈ ਹੈ, ਤੇ ਸੋਨੀਆ ਗਾਂਧੀ ਜੀ ਕਹਿੰਦੇ ਬਾਈ ਹੁਣ ਮੈਨੂੰ ਵੀ ਲੱਗਦਾ ਹੈ ਕਿ ਇਹ ਤੁਹਾਨੂੰ ਨਿਰਾਸ਼ ਨੀ ਕਰੂ, ਤੁਸੀਂ ਇਹਨੂੰ ਨਿਰਾਸ਼ ਨੀ ਕਰੋਗੇ, ਕੋਈ ਵੋਟਾਂ ਪਾ ਦਿਓ ਇਹਨੂੰ। ਨਾਲ ਉਹਨਾਂ ਦੇ ਅਖਿਲੇਸ਼ ਯਾਦਵ ਵੀ ਸੀ, ਪ੍ਰਿਯੰਕਾ ਗਾਂਧੀ ਤਾਂ ਹੁੰਦੀ ਹੈ ਉੱਥੇ, ਉਹ ਵੀ ਸੀ, ਤੇ ਬੜੀਆਂ ਭਾਵਕ ਅਪੀਲਾਂ ਕੀਤੀਆਂ, ਤੇ ਕਹਿੰਦੇ ਰਾਏਬਰੇਲੀ ਮੇਰਾ ਪਰਿਵਾਰ ਹੈ, ਅਮੇਠੀ ਮੇਰਾ ਘਰ ਹੈ, ਚਲੋ ਇਹ ਤਾਂ ਲੋਕਾਂ ਨੇ ਦੇਖਣਾ ਹੈ। ਲੇਕਿਨ ਤਿਆਰੀ ਕਾਫੀ ਤਿੱਖੀ ਹੋ ਰਹੀ ਹੈ ਦੋਨੇ ਸੀਟਾਂ ਤੇ, ਇਸ ਵਾਰ ਸ਼ਾਇਦ ਰਿਜ਼ਲਟ ਇਹਨਾਂ ਨੂੰ ਸਹੀ ਮਿਲ ਜਾਵੇ। ਮੌਸਮ ਦੀ ਗੱਲ ਕਰੀਏ ਤੇ ਗਰਮੀ ਹੈ ਬਹੁਤ ਵੱਧ ਰਹੀ, ਲੂ ਬਾਰੇ ਹੀਟ ਵੇਵ ਬਾਰੇ ਲਗਾਤਾਰ ਅਲਰਟ ਕੀਤਾ ਜਾ ਰਿਹਾ ਹੈ, ਦੱਸਿਆ ਜਾ ਰਿਹਾ ਹੈ, ਡਾਕਟਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਜਿਹੜਾ ਹੈ ਬਚੋ, ਕਿਉਂਕਿ ਇਹ ਉਹਦੇ ਚ ਉਹਨਾਂ ਨੇ ਕਿਹਾ ਹੈ ਕਿ ਸਿਰ ਢੱਕ ਕੇ ਰੱਖੋ, ਪਾਣੀ ਪੀਂਦੇ ਰਹੋ, ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ। ਇਹ ਤਾਂ ਹੈ ਸਿਹਤ ਦੇ ਐਂਗਲ ਤੋਂ, ਘਰ ਚ ਰਹੋ, ਬਾਹਰ ਘੱਟ ਨਿਕਲੋ, ਇਹ ਸਾਰੀਆਂ ਗੱਲਾਂ ਸਿਹਤ ਦੇ ਐਂਗਲ ਤੋਂ ਨੇ। ਲੇਕਿਨ ਜਿਹੜੀ ਬਿਜਲੀ ਦੀ ਮੰਗ ਹੈ ਉਹਦੇ ਬਾਰੇ ਵੀ ਲਗਾਤਾਰ ਗੱਲ ਹੋ ਰਹੀ ਹੈ, 12,500 ਮੈਗਾਵਾਟ ਤੱਕ ਬਿਜਲੀ ਦੀ ਮੰਗ ਪਹੁੰਚੀ ਸੀ, ਤੇ ਹੁਣ ਹੋਰ ਵੱਧ ਜਾਣੀ ਹੈ। ਆਉਣ ਵਾਲੇ ਕੱਟ ਜਿਹੜੇ ਨੇ ਉਹ ਪਿੰਡਾਂ ਚ ਲੱਗਣੇ ਤਾਂ ਸ਼ੁਰੂ ਹੋ ਗਏ, ਦੱਸਿਆ ਨੀ, ਪਰ ਬਿਜਲੀ ਚਲੀ ਜਾਂਦੀ ਹੈ, ਉਹਨੂੰ ਕੱਟ ਕਹਿ ਲਓ ਜੋ ਮਰਜ਼ੀ ਕਹਿ ਲਓ, ਜਿਹੜੀ ਪਾਵਰ ਕੌਮ ਦੀਆਂ ਮੁਸ਼ਕਲਾਂ ਇਸ ਕਰਕੇ ਵੱਧ ਜਾਣੀਆਂ ਨੇ ਕਿ ਇੱਕ ਤਾਂ ਪਹਿਲਾਂ ਫ੍ਰੀ ਦੇ ਰਹੇ ਬਿਜਲੀ, ਦੂਜੇ ਪਾਸੇ ਫ੍ਰੀ ਨੂੰ ਦੇ ਕੇ ਲੋਕ ਏਸੀ ਕੂਲਰ ਜੇ ਉਹਨਾਂ ਨੇ ਜ਼ਿਆਦਾ ਗਿਣਤੀ ਚਲਵਾ ਲਏ। ਤੀਜੀ ਗੱਲ, ਹੁਣ ਜਿਹੜੀ ਬਿਜਲੀ ਖਰੀਦਣੀ ਪੈ ਰਹੀ ਹੈ ਉਹ ਮਹਿੰਗੀ ਪੈਂਦੀ ਹੈ, ਸਬਸਿਡੀ ਪਹਿਲਾਂ ਹੀ ਬਹੁਤ ਜ਼ਿਆਦਾ, ਉਧਰੋਂ ਜਿਹੜਾ ਪਾਰਾ ਉਹ 47 ਤੱਕ ਪਹੁੰਚ ਰਿਹਾ, ਤੋ ਇਹ ਹਾਲਾਤ ਸਾਡੇ ਬਣੇ ਹੋਏ। ਦੋ ਖਬਰਾਂ ਦਲ ਬਦਲੀ ਦੀਆਂ, ਇਸ ਵਾਰ ਦਲ ਬਦਲੀ ਬਰਾਬਰ ਜੀ ਹੋ ਗਈ,
ਕੱਲ ਤਾਂ ਆਪਾਂ ਗੱਲ ਕੀਤੀ ਸੀ ਰਵੀ ਕਾਹਲੋਂ ਦੀ, ਜਿਹੜਾ ਡੇਰਾ ਬਾਬਾ ਨਾਨਕ ਤੋਂ 234 ਵੋਟਾਂ ਤੇ ਸਿਰ ਪਾ ਰਿਹਾ ਸੀ, ਜਿਹਨੇ ਕਿਹਾ ਸੀ ਮੈਨੂੰ ਸੁੱਚਾ ਸਿੰਘ ਲਗਾ ਨੇ ਹਰਾਇਆ ਤੇ ਉਹਨੂੰ ਇਹ ਸ਼ਾਮਿਲ ਕਰ ਰਹੇ, ਇਸ ਕਰਕੇ ਮੈਨੂੰ ਇਹਨਾਂ ਨੇ ਕੱਢਿਆ ਤੇ ਉਹ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਗਿਆ। ਹੁਣ ਇੱਕ ਬੰਦਾ ਗੁਰਮੀਤ ਸਿੰਘ ਥਾਪਰ, ਹਲਕਾ ਹੁਸ਼ਿਆਰਪੁਰ ਦਾ, ਜਿਹੜਾ ਲੋਕ ਸਭਾ ਹਲਕਾ, ਵੈਸੇ ਵਿਧਾਨ ਸਭਾ ਹਲਕਾ ਭਲੱਥ ਹੈ, ਇਹ ਅਕਾਲੀ ਦਲ ਦਾ ਪੁਰਾਣਾ ਲੀਡਰ ਹੈ, ਵੱਡਾ ਲੀਡਰ ਹੈ, ਸੀਨੀਅਰ ਮੀਤ ਪ੍ਰਧਾਨ ਹੈ, ਛੱਡ ਕੇ ਚਲਿਆ ਗਿਆ ਹੁਣ ਉਹ ਆਮ ਆਦਮੀ ਪਾਰਟੀ ਚ, ਤੇ ਭਗਵੰਤ ਮਾਨ ਤੇ ਰਾਜ ਕੁਮਾਰ ਚੱਬੇਵਾਲ ਨੇ ਕਿਰਾਇਆ ਨੂੰ ਜਿਹੜਾ ਹੈ ਜੁਆਇਨ, ਹੁਣ ਉੱਥੋਂ ਦੇ ਹਲਕਾ ਇੰਚਾਰਜ ਨਾਲ ਖੜੇ ਨੇ ਹਰਸਿਮਰ ਸਿੰਘ ਘੁੰਮਣ। ਸੋ ਇੱਕ ਤਾਂ ਇਹ ਦਲ ਬਦਲੀ ਹੋਈ, ਦੂਜੀ ਦਲ ਬਦਲੀ ਵੱਡੀ ਹੋਈ ਆ, ਉਹ ਹੈ ਲਾਲੀ ਮਜੀਠੀਆ ਦੀ। ਲਾਲੀ ਮਜੀਠੀਆ ਲਗਾਤਾਰ ਪਹਿਲਾਂ ਤਾਂ ਅਕਾਲੀ ਹੋਈ ਸੀ, 71 ਤੱਕ ਅਕਾਲੀ ਸੀ, ਫਿਰ ਕਿਉਂਕਿ ਮਜੀਠੀਆ ਨੇ ਪੈਰ ਲਾਉਣੇ ਸੀ ਬਿਕਰਮ ਮਜੀਠੀਆ ਨੇ, ਤੇ ਜਦੋਂ ਇਹਨਾਂ ਨੂੰ ਇਗਨੋਰ ਕੀਤਾ ਉਹ ਕਾਂਗਰਸ ਚ ਲੈ ਗਿਆ, ਫਿਰ ਕਾਂਗਰਸ ਚ ਵੀ ਦੇਖੋ ਅੱਜ ਕੱਲ੍ਹ ਦੀ ਸਿਆਸਤ ਇਹੀ ਹੈ, ਇੱਕ ਦੂਜੇ ਨੂੰ ਮਾਰੋ, ਦੂਜੇ ਦੇ ਮੋਢਿਆਂ ਤੇ ਪੈਰ ਰੱਖ ਕੇ ਜਾ ਸਕਦੇ ਹੁੰਦੇ ਤੁਸੀਂ, ਅੱਗੇ ਵਧਣਾ ਹੁੰਦਾ, ਤੇ ਇਹਦੀ ਤੇ ਦੋਨੇ ਮਜੀਠੀਆਂ ਦੀ ਆਪਸ ਚ ਲਗਾਤਾਰ ਲੜਾਈ ਰਹੀ, ਇੱਕ ਦੂਜੇ ਦੇ ਕਾਂਗਰਸ ਚ ਤੇ ਇਹ ਇਧਰੋਂ ਅਕਾਲੀਆਂ ਚ ਬਿਕਰਮ ਮਜੀਠੀਆ। ਕੱਲ ਫਿਰ ਬਿਕਰਮ ਮਜੀਠੀਆ ਨੇ ਪੈਰੀ ਹੱਥ ਲਾਏ, ਮਾਫ਼ੀ ਮੰਗੀ, ਕਹਿੰਦੇ ਜੀ ਜੋ ਪਿੱਛੇ ਹੋਇਆ ਛੱਡੋ ਤੁਸੀਂ, ਤੇ ਨਾਲ ਉਹਨੂੰ ਅਕਾਲੀ ਦਲ ਚ ਜੁਆਇਨ ਕਰਾਇਆ। ਔਰ ਪਤਾ ਲੱਗਿਆ ਵੀ ਇਹ ਸਾਰੇ ਕੰਮ ਦੇ ਵਿੱਚ ਜਿਹੜੀ MLA ਨੇ ਬੀਬੀ ਗਨੀਮ ਕੌਰ ਧਰਮਪਤਨੀ ਜਿਹੜੀ ਬਿਕਰਮ ਮਜੀਠੀਆ ਦੀ, ਉਹਨਾਂ ਦਾ ਧੰਨਵਾਦ ਕੀਤਾ, ਜਿਹੜਾ ਮਜੀਠੀਆ ਲਾਲੀ ਮਜੀਠੀਆ ਨੇ, ਸੁਰਜਿੰਦਰ ਸਿੰਘ ਲਾਲੀ ਮਜੀਠੀਆ ਨੇ ਵੀ ਉਹਨਾਂ ਨੇ ਜਿਹੜਾ ਹੈ ਇਸ ਤਰ੍ਹਾਂ ਦਾ ਮੇਲ ਕਰਾਇਆ। ਜੋ ਵੀ ਹੋਇਆ ਇੱਥੇ ਬਲ ਮਿਲੂਗਾ ਸ਼੍ਰੋਮਣੀ ਅਕਾਲੀ ਦਲ ਨੂੰ। ਤੇ ਸੁਖਬੀਰ ਸਿੰਘ ਬਾਦਲ ਦੀ ਵੀ ਗੱਲ ਕਰ ਲਈਏ, ਜਾਂਦੇ ਜਾਂਦੇ ਨਸਾਣਾ ਦੀ ਚੋਣ ਰੈਲੀ ਚ ਬਾਦਲ ਸਾਹਿਬ ਜਿਹੜੇ ਨੇ ਬਹੁਤ ਤਿੱਖੇ ਬੋਲੇ, ਕਹਿੰਦੇ ਜਿਹੜਾ ਭਗਵੰਤ ਮਾਨ ਆ ਤਾਂ ਕੇਜਰੀਵਾਲ ਦਾ ਡਰਾਈਵਰ ਬਣਿਆ ਹੋਇਆ, ਔਰ ਆਮ ਆਦਮੀ ਪਾਰਟੀ ਦੇ ਵੀ ਬੋਲੇ, ਔਰ ਜਿਹੜੇ ਭਾਰਤੀ ਜਨਤਾ ਪਾਰਟੀ, ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ, ਹਰਿਆਣਾ, ਸਾਰੇ ਦੇ ਪ੍ਰਬੰਧਕ ਕਮੇਟੀਆਂ ਦੇ RSS ਨੇ ਕਬਜ਼ਾ ਕਰ ਲਿਆ, ਕਾਂਗਰਸ ਪਹਿਲੇ ਹੀ ਸਾਡੇ ਵਿਰੁੱਧ ਹੈ ਤੇ ਅਸੀਂ ਜਾਈਏ ਕਿੱਥੇ, ਤੇ ਉਹਦਾ ਫਿਰ ਉਹ ਇਲਾਜ ਲੱਭਦੇ ਨੇ ਕਿ ਅਸੀਂ ਆਪਣੇ ਆਪ ਨੂੰ ਤਕੜਾ ਕਰੀਏ, ਇਹ ਉਹਨਾਂ ਨੇ ਕਿਹਾ। ਹੋਰ ਬਹੁਤ ਸਾਰੀਆਂ ਖ਼ਬਰਾਂ ਸੀ, ਤੁਹਾਨੂੰ ਥੋੜ੍ਹੀ ਜਿਹੀ ਦੱਸ ਚੁੱਕਿਆ ਕਿ ਇਹ ਕਿਹਾ ਸੀ ਕਿਸਾਨਾਂ ਨੂੰ, ਕਿਸਾਨਾਂ ਨੇ ਕਿ ਹੁਣ ਅਸੀਂ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਕਰਾਂਗੇ, ਪਰ ਕਿਉਂਕਿ ਹੁਣ ਵਕਤ ਇਹ ਕਹਿੰਦਾ ਤੋਂ ਆਗਿਆ ਲਈਏ, ਇਹ ਖ਼ਬਰ ਫਿਰ ਕਦੇ ਡਿਸਕਸ ਕਰਾਂਗੇ। ਕੱਲ ਮਿਲਦੇ ਹਾਂ ਆਪਾਂ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੇ ਸ਼ੋਅ ਚ। ਤੁਹਾਡਾ ਬਹੁਤ ਬਹੁਤ ਧੰਨਵਾਦ। ਖਬਰ ਤੇ ਨਜ਼ਰ, ਹਾ ਹਾ।